ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਹਰੀ ਸਿੰਘ ਨਲੂਆ, ਜਿਸ ਦੇ ਲਿਖਾਰੀ ਹਨ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ। ਮੁੱਖਬੰਦ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਤ। ਜਿਤਨੀ ਘਾਲ ਇਸ ਪ੍ਰਿਥਵੀ ਦੇ ਤਖਤੇ ਉੱਤੇ ਖਾਲਸਾ ਜੀ ਨੇ ਘਾਲੀ ਹੈ, ਉਤਨੀ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਇੰਨੇ ਥੋੜ੍ਹੇ ਚਿਰ ਵਿੱਚ ਘਾਲ ਕੇ ਦਿਖਾਈ ਹੋਵੇ। ਪਰ ਜਿੰਨੀ ਬੇਪਰਵਾਹੀ ਇਸਨੇ ਆਪਣੇ ਕਾਰਨਾਮਿਆਂ ਦੇ ਇਤਿਹਾਸ ਲਿਖਣ ਵਿੱਚ ਕੀਤੀ ਹੈ, ਉਤਨੀ ਬੇਪਰਵਾਹੀ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਕੀਤੀ ਹੋਵੇ। ਇਸ ਬਜ਼ੁਰਗ ਪਿੱਛੇ ਵਾਲੀ ਕੌਮ ਦਾ ਰਾਜ ਭਾਗ ਬੜੀ ਹੀ ਛੇਤੀ ਉੱਡਿਆ ਹੈ। ਉਸਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਇਸ ਦੀ ਇਹ ਬੇਪਰਵਾਹੀ ਵੀ ਸਹੀ ਹੁੰਦੀ ਹੈ। ਫਿਰ ਇਸ ਕੌਮ ਵਿੱਚ ਜੋ ਕਮਜ਼ੋਰੀਆਂ ਹੁਣ ਮਲਕੜੇ ਵੜਦੀਆਂ ਜਾਂਦੀਆਂ ਹਨ ਅਤੇ ਇਸ ਦੀ ਜਥੇਬੰਦੀ ਨੂੰ ਅਡੋਲ ਹੀ ਢਿੱਲਿਆਂ ਕਰੀ ਜਾਂਦੀਆਂ ਹਨ, ਉਹ ਵੀ ਇਸੇ ਕਾਰਨ ਕਰਕੇ ਹਨ ਕਿ ਇਹਨਾਂ ਵਿੱਚ ਆਪਣਾ ਇਤਿਹਾਸ ਸਵਿਸਥਾਰ ਅਤੇ ਵੇਰਵੇਵਾਰ ਨਹੀਂ ਹੈ। ਜੇ ਕਦੇ ਇਤਿਹਾਸ ਦੀ ਥੁੜ ਪੂਰੀ ਹੋ ਜਾਵੇ ਤਾਂ ਅਸ਼ਚਰਜ ਨਹੀਂ ਕਿ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ ਜਾਵੇ। ਜੋ ਕੁਝ ਜਾਗਰਤੀ ਕੌਮ ਵਿੱਚ ਪਿਛਲੇ 40-50 ਬਰਸਾਂ ਵਿੱਚ ਨਵੇਂ ਸਿਰੇ ਆਈ ਹੈ, ਉਸ ਵਿੱਚ ਵਿਸ਼ੇਸ਼ ਹਿੱਸਾ ਉਸ ਯਤਨ ਦਾ ਹੈ ਜਿਸਨੇ ਕੌਮ ਦੇ ਇਤਿਹਾਸਕ ਪ੍ਰਸੰਗ ਅਤੇ ਵਾਕਿਆਤ ਕੌਮ ਦੀ ਨਜ਼ਰ ਅੱਗੇ ਲਿਆ ਕੇ ਰੱਖੇ ਹਨ। ਇਸ ਦੇ ਨਾਲ ਸੀਨਾ ਬਸੀਨਾ ਜੋ ਕੁਝ ਪਿਛਲੇ ਹਾਲਾਤਾਂ ਸਾਡੇ ਘਰਾਂ ਵਿੱਚ ਚਲੇ ਆਏ ਅਤੇ ਅਰਦਾਸੇ ਵਿੱਚ ਉਚਰੇ ਜਾਣ ਵਾਲੇ ਕੌਮੀ ਸ਼ਹੀਦਾਂ ਦੀਆਂ ਕਰਨੀਆਂ ਦੀ ਯਾਦ ਦਿਲਾਵੇ ਜੋ ਰੋਜ਼ ਸਾਡੇ ਕੰਨੀ ਪੈਂਦੇ ਹਨ, ਇਹ ਇਤਿਹਾਸ ਦੀ ਸਜਾਫ ਦੇ ਕ੍ਰਿਸ਼ਮੇ ਹਨ ਕਿ ਜਿਸ ਨੇ ਕੌਮ ਵਿੱਚ ਅਜੇ ਵੀ ਤਾਣ ਭਰ ਰੱਖਿਆ ਹੈ। ਪਰੰਪਰਾ ਜੋ ਦਿਲਾਂ ਵਿੱਚ ਆਪਣੇ ਪਿੱਛੇ ਦੀ ਹੈ, ਉਹ ਆੜੇ ਵੇਲਿਆਂ ਅਤੇ ਵੀਰਤਾ ਅਤੇ ਆਪਾਵਾਰ ਕਾਰਨਾਮਿਆਂ ਦੀ ਵੰਗਾਰ ਪੈਣ ਵੇਲੇ ਅਕਹਿ ਬਹਾਦਰੀਆਂ ਅਤੇ ਕੁਰਬਾਨੀਆਂ ਕਰਵਾਉਂਦੀਆਂ ਰਹੀ ਹੈ। ਸਾਡੇ ਸੰਖੇਪ ਇਤਿਹਾਸ ਦੀ ਯਾਦ ਹੀ ਸਾਡੀ ਇਸ ਵੇਲੇ ਦੀ ਰੁਕ ਰਹੀ ਜ਼ਿੰਦਗੀ ਦਾ ਕਾਰਨ ਹੈ। ਸਾਡੇ ਵਿੱਚ ਨਵੀਂ ਜਾਗਰਤੀ ਅਤੇ ਪਿਛਲੇ 50 ਬਰਸ ਵਿੱਚ ਕੁਰਬਾਨੀਆਂ ਦੀ ਦੁਹਰਾਉਣੀ ਸਾਡੇ ਇਤਿਹਾਸ ਦੀ ਮੁੜ ਕਰਾਈ ਗਈ ਯਾਦ ਨੇ ਹੀ ਅਮਲ ਵਿੱਚ ਲਿਆਂਦੀ ਹੈ। ਪਰ ਸ਼ੌਂਕੀ ਅਜੇ ਤੱਕ ਕੌਮ ਦਾ ਖਾਸ ਅਤੇ ਜ਼ੋਰਦਾਰ ਧਿਆਨ ਇਤਿਹਾਸ ਦੀ ਖੋਜ ਅਤੇ ਇਸ ਦੇ ਪ੍ਰਚਾਰ ਵੱਲ ਨਹੀਂ ਪਿਆ। ਇਤਿਹਾਸ ਕੌਮਾਂ ਦੀ ਸ਼ਾਨ ਹੈ, ਇਹ ਰੂਹਾਂ ਫੂਕਦਾ ਅਤੇ ਨਵੇਂ ਜੋਸ਼ ਪੈਦਾ ਕਰਦਾ ਹੈ, ਇਹ ਸਿੱਖਿਆ ਦਿੰਦਾ ਅਤੇ ਸਿੱਧੇ ਰਸਤੇ ਤੋਰਦਾ ਹੈ। ਪਰ ਜਿਸ ਕੌਮ ਦਾ ਇਤਿਹਾਸ ਕਮਾਲ ਦਾ ਸ਼ਾਨਦਾਰ ਹੋਵੇ ਅਤੇ ਕੌਮ ਦੀਆਂ ਅੱਖਾਂ ਤੋਂ ਓਹਲੇ ਹੋਵੇ, ਉਹ ਆਪਣੇ ਪਿੱਛੇ ਦੇ ਮਾਣ ਅਤੇ ਫਖਰ ਵਿੱਚ ਆ ਸਕਦੀ ਅਤੇ ਉਹ ਸ਼ਰਾਫਤ, ਉਹ ਬਜ਼ੁਰਗੀ, ਉੱਚਤਾ ਆਪਣੇ ਅੰਦਰ ਪ੍ਰਤੀਤ ਨਹੀਂ ਕਰ ਸਕਦੀ ਜੋ ਕਿ ਆਪਣੇ ਇਤਿਹਾਸ ਦੇ ਪਾਠ ਤੋਂ ਪ੍ਰਾਪਤ ਹੁੰਦੀ ਹੈ। ਜੋ ਸੱਜਣ ਆਪਣੀ ਕੌਮ ਦੀ ਇਹ ਲੋੜ ਪੂਰੀ ਕਰਨ ਵਿੱਚ ਕੋਈ ਤਾਣ ਲਾਉਂਦਾ ਹੈ, ਉਹ ਆਪਣੀ ਕੌਮ ਦੀ ਸੱਚੀ ਸੇਵਾ ਕਰਦਾ ਹੈ। ਹਾਂ, ਉਹ ਇਨਸਾਨ ਪਾਠਕ ਨੂੰ ਸਿੱਖਿਆ ਦੇ ਸੂਰਜ ਦੀ ਰੋਸ਼ਨੀ ਵਿੱਚ ਖੜ੍ਹਾ ਕਰਦਾ ਹੈ, ਜਿਸ ਦੀ ਰੋਸ਼ਨੀ ਕਿ ਇਨਸਾਨ ਨੂੰ ਇਨਸਾਨੀਅਤ ਸਿਖਾਲਦੀ, ਗਲਤੀਆਂ ਤੋਂ ਬਚਣ ਦੀ ਜਾਂਚ ਦੱਸਦੀ ਅਤੇ ਨੇਕੀ ਦਾ ਉਤਸ਼ਾਹ ਦਿੰਦੀ ਹੈ। ਸ਼ੁਕਰ ਹੈ ਕਿ ਅੱਜ ਇਸ ਥੋੜ ਨੂੰ ਪੂਰਨ ਵਾਲੇ ਯਤਨ ਮੰਡਲ ਵਿੱਚ ਇੱਕ ਕਾਬਲੇ ਕਦਰ ਸ਼ੈ ਹੋਰ ਆਈ ਹੈ ਜੋ ਇਸ ਵੇਲੇ ਸਾਡੇ ਪਾਸ ਪਈ ਹੈ। ਇਹ ਹੈ ਜੀਵਨ ਇਤਿਹਾਸ ਸਰਦਾਰ ਹਰੀ ਸਿੰਘ ਜੀ ਨਲੂਆ। ਇਹ ਪੰਜਾਬੀ ਦੀ ਨਵੀਨ ਪੁਸਤਕ ਹੈ ਜੋ ਹੁਣ ਪਬਲਿਕ ਦੇ ਸਾਹਮਣੇ ਆ ਰਹੀ ਹੈ। ਇਸ ਨੂੰ ਲਿਖਿਆ ਹੈ ਸ਼੍ਰੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਨੇ। ਸ਼੍ਰੀ ਬਾਬਾ ਜੀ ਸ਼੍ਰੀ ਗੁਰੂ ਅਮਰਦੇਵ ਜੀ ਦੀ ਪਵਿੱਤਰ ਬੰਸ ਵਿੱਚੋਂ ਹਨ ਅਤੇ ਰਹਿਣ ਵਾਲੇ ਹੋਤੀ ਮਰਦਾਨ ਦੇ ਹਨ। ਆਪ ਅਜੇ ਚੜ੍ਹਦੀ ਜਵਾਨੀ ਵਿੱਚ ਸਨ ਕਿ ਜਦੋਂ 1908 ਤੋਂ 1909 ਵਿੱਚ ਆਪ ਦੇ ਦਰਸ਼ਨ ਮੇਲੇ ਹੋਏ ਸਨ। ਸੰਸਾਰ ਯਾਤਰਾ ਲਈ ਉਪਜੀਵਕਾਂ ਅਤੇ ਜੋ ਵਕਤ ਖਰਚ ਸਭ ਕਿਸੇ ਨੂੰ ਕਰਨਾ ਪੈਂਦਾ ਹੈ, ਉਸ ਤੋਂ ਬਚੇ ਵਕਤ ਨੂੰ ਸਫਲ ਕਰਨ ਦੀ ਬਾਬਾ ਜੀ ਨੂੰ ਐਸੀ ਰਹਿਨੁਮਾਈ ਸਾਈਂ ਮਿਹਰ ਨਾਲ ਮਿਲੀ ਹੈ ਕਿ ਆਪ ਦਾ ਉਹ ਵਕਤ ਆਪਣੀ ਕੌਮ ਦੀ ਇਸ ਇਤਿਹਾਸਕ ਸੇਵਾ ਵਿੱਚ ਸਫਲ ਹੋਇਆ ਹੈ। ਆਪ ਨੂੰ ਆਪਣੀ ਕਦਰ ਦੀ ਲੋੜ ਸੁੱਖ ਹੋਵੇ, ਪਰ ਆਪ ਜੀ ਦੀ ਇਹ ਕੀਮਤੀ ਘਾਲ ਇਹ ਜ਼ਰੂਰੀ ਕਰਦੀ ਹੈ ਕਿ ਇਸ ਦੀ ਜਿੰਨੀ ਕੁ ਕਦਰ ਕੂਤ ਵਧਾਈ ਜਾਵੇ ਉਨੀ ਥੋੜ੍ਹੀ ਹੈ, ਕਿਉਂਕਿ ਇਹ ਸ਼ੈ ਕੌਮ ਦੀ ਇੱਕ ਭਾਰੀ ਊਨਤਾ ਨੂੰ ਪੂਰਨ ਕਰਦੀ ਹੈ। ਇਸ ਲਈ ਹਰ ਸਿੱਖ ਨੂੰ ਇਸ ਦਾ ਮਾਣ ਕਰਨਾ ਚਾਹੀਏ। ਆਪਣੀਆਂ ਸੰਸਾਰਕ ਲੋੜਾਂ ਲਈ ਵਕਤ ਖਰਚ ਕੇ ਫਿਰ ਕੋਈ ਵਕਤ ਭਲੇ ਪਾਸ ਲਾ ਸਕਣਾ, ਸਾਈਂ ਦੀ ਬਖਸ਼ੀ ਬਰਕਤ ਬਿਨਾਂ ਹੋ ਸਕਣਾ ਕਠਿਨ ਹੈ। ਸ਼ੁਕਰ ਹੈ ਕਿ ਬਾਬਾ ਜੀ ਨੂੰ ਇਹ ਦਾਤ ਮਿਲੀ ਹੈ ਅਤੇ ਭਲੇ ਅਰਥ ਲੱਗੀ ਹੈ।
यह पुस्तक आप दी पहली सेवा नहीं। इस तो पहला आप जीवन बाबा फूला सिंह अकाली, जीवन महाराजा रणजीत सिंह, जीवन कवर नौनिहाल सिंह लिख चुके हैं, तो वह छप के प्रकाशित भी हो चुके हैं, तो विद्वाना दिया नज़रां विच बहुत सतिकार ते माण पा चुके हैं। हुण आपने पंथ दे अदुत्ती ते जगत दे चोटी दे गेणवे जरनैलां विच गिणे जाण वाले सरदार हरी सिंह जी नलुए दा जीवन लिखिया है। बाबा जी ने यह रचना करके असा पास कली है कि इस दे मुढ़ विच इस दे मुखबंध वजों कुछ ख्याल साडी कलम तो लिखे जाण। सब तो पहली गल इस पोथी दी खूबी दी, जो कि वड्याई लई नहीं पर ठीक तुलना लई नज़री पैंदी है ते नज़री पवाउणी चाहिए, यह है कि इस विच इतिहासक खोज दा काम बड़ी छानबीन ते मेहनत ना कीता गया है। विद्वान लेखक जी ने इतिहास दे जो वाक्यात दिते हन उन्हां दे जिथों तक हो सकिया है इतिहासक सबूत सिरे चाड़े हन। सारे अहम मामले इस तरह दे सबूत नाल निर्णय कर दिते हन। यह तरीका लेखां दी कीमत नूं विद्वानां ते पारखुआं दी नज़र विच बहुत वधा दिंदा है ते जिन्हां वाक्यात बाबत उह सबूत दिते जाण उन्हां दी सभ्यता बेशक निश्चय हो जाती है। यह लोड़ बाबा जी ने इस पोथी विच योग्यता नाल पूर्ण कर दिती है। जे कदे उस वेले कोई सिख इतिहासकार अपनी अखी डिठे सुने सविस्थार हालात लिख जाते तो अज औंकड़ा ते थोड़ा ना पैंदियां। कि जानिए किसे लिखे ही नहीं कि लिखे ते गुम हो गए। जैसा कि असा चिर होया सुनिया सी कि सरदार हरी सिंह जी दी एक फतेह दे कुछ हाल किसे दे पास लिखती पए सन। कई वेर दे कहण ते भी उन्होंने अपने संचे नूं हवा ना लुआई। वह सज्जन हुण चढ़ गए हन ते वह लेख पता नहीं किथे गए। हर हाल ज़ारा तौर पर इस वक्त तक उस समय दे सिख इतिहास दे लिखे सविस्थार समाचार प्रकाश नहीं पा रहे। ऐसी हालत विच दूसरे लेखकां दूजियां कौमां दे मुसाफरां ते महाराजा साहिब दे अपने फारसी दफ्तर दे कागजात वगैरह दे सारे सबूत पैदा करके ऐसा इतिहास लिख देना एक भारी योग्यता दा काम है कि पुस्तक दी कीमत कूमत नूं सब दुनिया दी नज़रां विच सच्चाई ते प्रवानगी वाला इतिहास बना देण विच कसर नहीं रखदा। बाबा जी इस विषय विच अपने यतन विच पूरे कामयाब हो गए हैं। सिख बच्चियां ते सिख जवानां बल्कि सिख आगुआं नूं सिख राज होया ते हो बीतिया एक अख दा पलकारा लगदा है। नौवीं पातशाही दी पवित्र रूहानी शहादत तों लैके सिख राज दी समाप्ति तक दी लगभग 200 साल दे लंबे अरसे दी जंजीर ते उस लम्मी जंजीर दे वाकियात दी कड़ी दर कड़ी बने होण दा विस्थार अखां अगों किसे दे नहीं लंघदा। जो वाकियात होए जिन्हां खुदियां कुरबानियां ते उचियाईयां नाल ओह भरो सन ओह रूप धार के अखां अगे नहीं आउंदे। बीतिया समा इउं ही अपने आप नूं इक बिंदू जिहे दिखा लिया करदा है पर ओह हुंदा है कि एक लंबित वाली रेखा दी शकल विच ते उसदा हर नुक्ता परोता होया हुंदा है वाकियात नाल। इह वाकियात दा दर्शन केवल इतिहास दे पत्रे ही दिखा सकदे हन जिथे हो बीतियां दे नक्श नक्शे वांगू खिचे होए सारे थों पते ते वेरवे दसते हैं। इस तरह की नज़र पाया श्री बाबा जी ने उस लंबे अरसे विचों महाराजा रणजीत सिंह जी ते उन्हां दे मगरों समय नूं जो लगभग 50 वर्ष की लमांड रखता है अपनी लंबित विच दिखाण दा काम किया है, जिस विचों की यह पुस्तक एक भारी गौरवता वाले हिस्से दे दर्शन करवाउंदी है। फिर वाकियात दियां कड़ियां प्रोण विच होर विस्थार इस पोथी विच पाठक यह देखणगे कि उस समय दे बाकी इतिहासक व्यक्तियों का जीवन भी अखां अगे आ जाता है। सरदार हरी सिंह जी का जीवन नेरा भी लिखा जा सकता सी पर लायक करता जी ने सरदार जी दे नाल कुरबानियां करन ते मल्ला मारन वाले सरदारां दे नाम संखेप जीवन भी दर्शाए हैं। पाठक वेखणगे कि श्री नलुआ जी की जीवन कथा पढ़दियां फुट नोट आ जाते हैं, जद उन्हां नूं पढ़ो तो एक एक विच एक इतिहासक व्यक्ति का संखेप पर काफ़ी रोशनी पा देन वाला जीवन आ जाता है। सो हुण यह पुस्तक ना केवल जरनैल हरी सिंह का जीवन है बल्कि उस वेले दे अणगिणत सरदारां दा जीवन है जिन्हां ने सिख राज दी कायमी विच अपवार कुरबानियां कीतियां सन।
ਪੰਜਾਬ ਦੇ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕੀਤੇ ਜਾਣ ਦੇ ਥੋੜ੍ਹੇ ਹੀ ਅਰਸੇ ਬਾਅਦ ਜੋ ਹਾਲਾਤ ਸਿੱਖ ਰਾਜ ਬਾਬਤ ਦੂਸਰੇ ਲੇਖਕਾਂ ਨੇ ਲਿਖੇ ਅਤੇ ਛਾਪੇ ਉਹਨਾਂ ਵਿੱਚ ਬਹੁਤਿਆਂ ਨੂੰ ਪੜ੍ਹ ਕੇ ਇੱਕ ਕਮੀ ਨਜ਼ਰ ਪੈਂਦੀ ਹੈ। ਉਹਨਾਂ ਦੇ ਤਰਜ਼ੇ ਬਿਆਨ ਐਸੇ ਢੰਗ ਦਾ ਹੈ ਕਿ ਪਾਠਕਾਂ ਨੂੰ ਸਿੱਖ ਰਾਜ ਨਾਲ ਕੋਈ ਪਿਆਰ ਅਤੇ ਸਿੱਖ ਨੌਜਵਾਨਾਂ ਵਿੱਚ ਉਸਦਾ ਫਖਰ ਪੈਦਾ ਨਾ ਹੋਵੇ। ਇਹ ਅਸੀਂ ਨਹੀਂ ਕਹਿੰਦੇ ਕਿ ਇਹ ਜਾਣ ਕੇ ਕੀਤਾ ਗਿਆ ਜਾਂ ਆਪ ਮੁਹਾਰੇ ਉਹਨਾਂ ਤੋਂ ਹੋ ਗਿਆ, ਪਰ ਉਹਨਾਂ ਨੂੰ ਪੜ੍ਹ ਕੇ ਅਸਰ ਇਹੋ ਪੈਂਦਾ ਸੀ। ਅਸਾਂ ਕਈ ਨੌਜਵਾਨ ਐਸੇ ਅਸਰ ਨਾਲ ਮੁਤਾਸਰ ਹੋਏ ਵੇਖੇ ਸਨ। ਬਾਬਾ ਜੀ ਦੀ ਇਸ ਪੁਸਤਕ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਤਰਜ਼ੇ ਹਕੂਮਤ ਅਤੇ ਉਸ ਦੇ ਸਰਦਾਰ ਹਰੀ ਸਿੰਘ ਵਰਗੇ ਅਹਿਲਕਾਰਾਂ ਦਾ ਰਾਜ ਪ੍ਰਬੰਧ ਐਸਾ ਨਿਆਂਸ਼ੀਲ ਸਹੀ ਹੁੰਦਾ ਹੈ ਕਿ ਪਰਜਾ ਉਸ ਰਾਜ ਤੋਂ ਸਦਕੇ ਹੁੰਦੀ ਸੀ ਅਤੇ ਸਾਰੀਆਂ ਕੌਮਾਂ ਸੁਖੀ ਅਤੇ ਖੁਸ਼ ਸਨ। ਲਾਹੌਰ ਲੈਣ ਲਈ ਮਹਾਰਾਜਾ ਨੂੰ ਸ਼ਹਿਰ ਦੇ ਸਿਰਕਰਦਾ ਹਿੰਦੂ ਅਤੇ ਮੁਸਲਮਾਨ ਰਲ ਕੇ ਬੁਲਾਉਂਦੇ ਹਨ। ਉਹਨਾਂ ਦੇ ਲਾਹੌਰ ਲੈਣ 'ਤੇ ਸਾਰੀ ਪਰਜਾ ਦੀਪਮਾਲਾ ਕਰਦੀ ਹੈ। ਕਸ਼ਮੀਰ ਫਤਿਹ ਹੁੰਦਾ ਹੈ ਤਾਂ ਸ਼ਹਿਰ ਦੇ ਹਿੰਦੂ ਮੁਸਲਮਾਨ ਖੁਸ਼ ਹੁੰਦੇ ਹਨ ਅਤੇ ਲਾਹੌਰ ਅੰਮ੍ਰਿਤਸਰ ਤੱਕ ਦੀ ਸਾਰੀ ਪਰਜਾ ਦੀਪਮਾਲਾ ਕਰਦੀ ਹੈ। ਪਿਸ਼ਾਵਰ ਫਤਿਹ ਹੁੰਦਾ ਹੈ ਤਾਂ ਸ਼ਹਿਰ ਦੀ ਹਿੰਦੂ ਮੁਸਲਮਾਨ ਸਾਰੀ ਵੱਸੋਂ ਪ੍ਰਸੰਨ ਹੁੰਦੀ ਹੈ। ਬਾਬਾ ਜੀ ਨੇ ਇਹ ਪਹਿਲੂ ਵੀ ਇਸ ਪੋਥੀ ਵਿੱਚ ਇਤਿਹਾਸਕ ਸਬੂਤਾਂ ਨਾਲ ਦਰਸਾਇਆ ਹੈ। ਪਰ ਸਿੱਖ ਰਾਜ ਨਾਲ ਜੋ ਅਨਿਆਏ ਹੋ ਰਿਹਾ ਸੀ ਉਸਨੂੰ ਦੂਰ ਕਰਕੇ ਉਸ ਸਮੇਂ ਦੀ ਯਥਾਰਥ ਬੀਤੀ ਹਾਲਤ ਅੱਖਾਂ ਅੱਗੇ ਲਿਆ ਧਰੀ ਹੈ। ਆਮ ਖਿਆਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀ, ਪਰ ਫਿਰ ਤਮਾਸ਼ਾ ਹੈ ਕਿ ਉਹ ਇਲਮ ਦੋਸਤ ਵੀ ਹੈ। ਇੱਕ ਪ੍ਰਸਿੱਧ ਗੱਲ ਉਸ ਸਮੇਂ ਦੇ ਬਿਰਧ ਸੁਣਾਇਆ ਕਰਦੇ ਸਨ ਕਿ ਬਾਗ ਵਿੱਚ ਕਿਸੇ ਫੁੱਲਾਂ ਵਾਲੇ ਬੂਟੇ 'ਤੇ ਪੱਤਿਆਂ 'ਤੇ ਕੁਝ ਸ਼ੇਰ ਲਿਖੇ ਸਨ ਜੋ ਕਿ ਮਾਲੀ ਨੇ ਲਿਖੇ ਨਹੀਂ ਪਰ ਕਿਸੇ ਹਿਕਮਤ ਨਾਲ ਪੈਦਾ ਕੀਤੇ ਸਨ। ਮਹਾਰਾਜਾ ਸਾਹਿਬ ਨੇ ਦੇਖੇ ਅਤੇ ਮਾਲੀ ਦੀ ਇੱਜ਼ਤ ਅਫਜ਼ਾਈ ਕੀਤੀ। ਤਦੋਂ ਖਿਆਲ ਕਰੀਦਾ ਸੀ ਕਿ ਇਹ ਗੱਲ ਹੀ ਹੋਊ, ਪਰ ਹੁਣ ਬਾਬਾ ਜੀ ਨੇ ਇਤਿਹਾਸਕ ਸਬੂਤ ਦੇ ਕੇ ਦੱਸਿਆ ਹੈ ਕਿ ਮਹਾਰਾਜਾ ਸਾਹਿਬ ਇਲਮ ਦੋਸਤ ਸਨ, ਵਿੱਦਿਆ ਦੇ ਖਜ਼ਾਨਿਆਂ ਨੂੰ ਵਧਾਉਂਦੇ ਅਤੇ ਪੈਦਾ ਹੋਇਆਂ ਨੂੰ ਰੱਖਿਆ ਦਿੰਦੇ ਸਨ। ਬਾਬਾ ਜੀ ਲਿਖਦੇ ਹਨ ਕਿ ਪਿਸ਼ਾਵਰ ਦੇ ਧਾਵੇ ਵੇਲੇ ਜਦ ਫੌਜ ਚੜ੍ਹੀ ਤਾਂ ਸਰਦਾਰ ਹਰੀ ਸਿੰਘ ਜੀ ਨੂੰ ਮਹਾਰਾਜਾ ਸਾਹਿਬ ਦਾ ਫੁਰਮਾਨ ਪਹੁੰਚਾ ਕਿ ਚਮਕਨੀ ਵਿੱਚ ਇੱਕ ਪੁਰਾਣਾ ਪੁਸਤਕਾਲਿਆ ਸੁਣੀਦਾ ਹੈ, ਜੰਗ ਵੇਲੇ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ, ਪਰ ਤੁਸਾਂ ਨੇ ਖਾਸ ਖਿਆਲ ਰੱਖਣਾ ਹੈ ਕਿ ਇਹ ਪੁਸਤਕਾਲਿਆ ਬਰਬਾਦ ਹੋਣੋਂ ਬਚਾ ਲਿਆ ਜਾਵੇ। ਪਿਛਲੇ ਜੰਗ ਵਿੱਚ ਜਰਮਨ ਜੈਸੀ ਇਲਮ ਦੋਸਤ ਬੈਲਜੀਅਮ ਦੇ ਪੁਰਾਤਨ ਪੁਸਤਕਾਲਿਆ ਆਪਣੀ ਅੱਗ ਤੋਂ ਨਹੀਂ ਬਚਾ ਸਕੀ, ਪਰ ਮਹਾਰਾਜਾ ਸਾਹਿਬ ਖਾਸ ਹਦਾਇਤ ਕਰਦੇ ਹਨ ਕਿ ਪੁਸਤਕਾਲਿਆ ਬਚਾਓ ਅਤੇ ਉਹਨਾਂ ਦੇ ਜਰਨੈਲ ਸਰਦਾਰ ਹਰੀ ਸਿੰਘ ਜੀ ਇਸ 'ਤੇ ਅਮਲ ਕਰਦੇ ਹਨ। ਅਸਲ ਗੱਲ ਇਹ ਹੈ ਕਿ ਮਹਾਰਾਜਾ ਦੇ ਦਰਬਾਰ ਵਿੱਚ ਪੰਜਾਬੀ ਕਵੀ, ਫਾਰਸੀ ਅਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਅਤੇ ਲਾਇਕ ਲੋਕ ਚੰਗੀ ਤਰ੍ਹਾਂ ਸਨਮਾਨੇ ਜਾਂਦੇ ਸਨ। ਇਸੇ ਤਰ੍ਹਾਂ ਇਹ ਰਾਜ ਕਾਰੀਗਰੀ ਅਤੇ ਵਪਾਰ ਦਾ ਵੀ ਰੱਖਿਅਕ ਅਤੇ ਤਾਜ਼ਾ ਕਰਨੇ ਵਾਲਾ ਸੀ। ਸਰਦਾਰ ਹਰੀ ਸਿੰਘ ਜੀ ਜਦ ਕਸ਼ਮੀਰ ਦੇ ਗਵਰਨਰ ਥਾਪੇ ਗਏ ਤਾਂ ਆਪ ਨੇ ਉੱਥੇ ਕਾਗਜ਼ ਦੀ ਕਾਰੀਗਰੀ ਵਿੱਚ ਨਵੀਂ ਜਾਨ ਪਾਈ। ਕੇਸਰ ਦੀ ਬਿਜਾਈ ਅਤੇ ਪੈਦਾਵਾਰ ਜੋ ਪਹਿਲੇ ਰਾਜ ਜ਼ੁਲਮਾਂ ਕਰਕੇ ਤਬਾਹ ਹੋ ਗਈ ਸੀ ਆਪਣੀ ਸਰਪ੍ਰਸਤੀ ਅਤੇ ਮਦਦ ਨਾਲ ਸਿਰੇ ਚਾੜੀ। ਸਾਲ ਬਾਫੀ ਤਾਂ ਇਸ ਕਮਾਲ 'ਤੇ ਗਏ ਕਿ ਸਿੱਖ ਰਾਜ ਦੇ ਵੇਲੇ ਦੇ ਪੁਰਾਣੇ ਸ਼ਾਲ ਹੁਣ ਤੱਕ ਭਾਰੀਆਂ ਕੀਮਤਾਂ ਤੋਂ ਯੂਰਪੀਨ ਅਤੇ ਅਮਰੀਕਨ ਖਰੀਦ ਕੇ ਲੈ ਜਾਂਦੇ ਹਨ। ਕਸ਼ਮੀਰ ਦੀ ਸ਼ਾਲ ਬਾਫੀ ਦੀ ਸਨਅਤ ਵਿੱਚ ਸਿੱਖ ਰਾਜ ਦਾ ਸਮਾਂ ਇੱਕ ਸਿਖਰ ਦੀ ਕਾਰੀਗਰੀ ਅਤੇ ਹੁਨਰ ਦੀ ਤਰੱਕੀ ਦਾ ਹੁਣ ਤੱਕ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਪਰਜਾ ਪਾਲਣ, ਕਾਸ਼ਤਕਾਰਾਂ ਦੀਆਂ ਮਦਦਾਂ ਅਤੇ ਹੋਰ ਵਾਕਿਆਤ ਆਪ ਨੇ ਲਿਖੇ ਹਨ ਜਿਨ੍ਹਾਂ ਤੋਂ ਰਾਜ ਪ੍ਰਬੰਧ ਦੀਆਂ ਖੂਬੀਆਂ ਸਾਫ਼ ਦੱਸਦੀਆਂ ਹਨ ਅਤੇ ਮਹਾਰਾਜੇ ਦਾ ਸਮਾਂ ਇੱਕ ਬੜੀ ਸੱਭਿਅਤਾ, ਹਮਦਰਦੀ ਅਤੇ ਪਿਆਰ ਵਾਲਾ ਰਾਜ ਸਹੀ ਹੁੰਦਾ ਹੈ। ਸਫ਼ਾ 117 ਪਰ ਆਪ ਲਿਖਦੇ ਹਨ, ਗਰਜ਼ ਇਹ ਕਿ ਸਰਦਾਰ ਹਰੀ ਸਿੰਘ ਨੇ ਆਪਣੇ 2 ਸਾਲਾਂ ਦੀ ਗਵਰਨਰੀ ਸਮੇਂ ਕੋਈ ਕੰਮ ਅਤੇ ਦਸਤਕਾਰੀ ਮਰਨ ਨਾ ਦਿੱਤੀ ਜਿਸ ਨਾਲ ਕਸ਼ਮੀਰ ਅਤੇ ਕਸ਼ਮੀਰੀਆਂ ਨੂੰ ਲਾਭ ਪਹੁੰਚ ਸਕਦਾ ਹੋਵੇ। ਮਰ ਚੁੱਕੀਆਂ ਦਸਤਕਾਰੀਆਂ ਨੂੰ ਬੜੀਆਂ ਕੋਸ਼ਿਸ਼ਾਂ ਨਾਲ ਮੁੜ ਜਾਰੀ ਕਰਵਾ ਦਿੱਤਾ। ਸ਼ਾਲਾਂ, ਦੁਸ਼ਾਲੇ, ਪਸ਼ਮੀਨੇ ਅਤੇ ਰੇਸ਼ਮ ਦਾ ਵਪਾਰ ਆਪਣੇ ਪੂਰੇ ਜੋਬਨ ਪਰ ਆ ਗਿਆ। ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਦਾ ਆਪਸ ਵਿੱਚ ਭਾਈਆਂ ਵਰਗਾ ਵਰਤਾਰਾ ਹੋ ਗਿਆ। ਸ਼ੀਆ ਅਤੇ ਸੁੰਨੀਆਂ ਦਾ ਮੇਲ ਕਸ਼ਮੀਰ ਲਈ ਇੱਕ ਨਵੀਂ ਗੱਲ ਸੀ। ਮਾਲੀਆ ਅਤੇ ਹੋਰ ਸਾਰੇ ਸਰਕਾਰੀ ਲਗਾਨ ਬਿਨਾਂ ਫੌਜੀ ਤਾਕਤ ਵਰਤਣ ਦੇ ਸੁਖਾਲੇ ਹੀ ਸ਼ਾਹੀ ਖਜ਼ਾਨੇ ਵਿੱਚ ਦਾਖਲ ਹੋਣ ਲੱਗ ਪਏ। ਫੌਜ ਅਤੇ ਹੋਰ ਅਹਿਲਕਾਰਾਂ ਦੀਆਂ ਬਕਾਇਆ ਤਲਬਾਂ ਸਭ ਤਾਰ ਦਿੱਤੀਆਂ। ਪੰਜਾਬ ਪੁਰਾਤਨ ਆਰਿਆਵਰਤ ਅਤੇ ਭਾਰਤ ਵਰਸ਼ ਹੈ। ਰਿਗਵੇਦ ਇੱਥੇ ਉਚਾਰਿਆ ਗਿਆ, ਇਸ ਕਰਕੇ ਇਸ ਦੇ ਟਿਕਾਣੇ ਅਤਿ ਪੁਰਾਤਨ ਹਨ।
ਗੰਧਾਰ ਦੇਸ਼ ਜੋ ਹੁਣ ਫਰੰਟੀਅਰ ਪ੍ਰੋਵਿਨੈਂਸ ਕਹਿਲਾਉਂਦਾ ਹੈ ਕਦੇ ਪੰਜਾਬ ਦਾ ਹੀ ਹਿੱਸਾ ਸੀ। ਉਸ ਸਮੇਂ ਪੰਜਾਬ ਸਰਹੰਦੀ ਸੂਬਾ ਤੇ ਸਿੰਧ ਦਾ ਰਲਵਾਂ ਨਾਮ ਸਪਤ ਸਿੰਧ ਦੇਸ਼ ਹੁੰਦਾ ਸੀ। ਇਸ ਪੋਥੀ ਵਿੱਚ ਲਾਇਕ ਕਰਤਾ ਜੀ ਨੇ ਜਿੱਥੇ ਕਿਧਰੇ ਲੋੜ ਪਈ ਹੈ ਪੁਰਾਤਨ ਆਰਿਆ ਸਮੇਂ ਦੇ ਇਤਿਹਾਸਕ ਪੱਤੇ ਵੀ ਲਾ ਦਿੱਤੇ ਹਨ। ਪਿਸ਼ਾਵਰ ਦਾ ਇਤਿਹਾਸ 3000 ਵਰਸ਼ ਤੋਂ ਲੈ ਕੇ ਹੁਣ ਤੱਕ ਦਾ ਸੰਖੇਪ ਝਾਕਾ ਦਿਖਾ ਕੇ ਪਾਠਕਾਂ ਦੇ ਰਸ ਨੂੰ ਇਤਿਹਾਸਕ ਡੂੰਘਾਈਆਂ ਵਿੱਚ ਲੈ ਜਾਣ ਦੀ ਰਹਿਨੁਮਾਈ ਕੀਤੀ ਹੈ। ਚੀਨੀ ਮੁਸਾਫਰਾਂ ਅਤੇ ਅਲਬਰਨੀ ਆਦਿ ਹੋਰ ਵਿਦੇਸ਼ੀ ਲੇਖਕਾਂ ਦੀਆਂ ਟੁੱਕਾਂ ਲੈ ਕੇ ਕਈ ਗੱਲਾਂ ਪੰਜਾਬੀ ਪਾਠਕਾਂ ਲਈ ਚਾਨਣੀ ਵਿੱਚ ਆਉਂਦੀਆਂ ਹਨ। ਇਸ ਤਰ੍ਹਾਂ ਗੰਧਾਰਾਂ ਦੇ ਪੁਰਾਤਨ ਇਤਿਹਾਸ ਉੱਤੇ ਸਰਸਰੀ ਨਜ਼ਰ ਐਸੀ ਮਾਰੀ ਹੈ ਕਿ ਪਾਠਕਾਂ ਨੂੰ ਉਸ ਸਮੇਂ ਦਾ ਚੰਗਾ ਝਲਕਾ ਮਿਲ ਜਾਂਦਾ ਹੈ। ਪਿਸ਼ਾਵਰ ਦਾ ਇਤਿਹਾਸ ਤਾਂ ਆਪ ਨੇ ਲਗਭਗ 3000 ਵਰੇ ਪਿੱਛੇ ਦਾ ਦਿੱਤਾ ਹੈ। ਰਾਜਾ ਅਸ਼ੋਕ ਤੇ ਕਨਿਸ਼ਕ ਤੱਕ ਦੇ ਪੁਰਾਤਨ ਸਮੇਂ ਵੀ ਦਿਖਾਏ ਹਨ। ਪਿਸ਼ਾਵਰ ਦੇ 13 ਨਾਮ ਬਦਲ ਚੁੱਕੇ ਹਨ, ਇਹ ਵੀ ਕ੍ਰਮਵਾਰ ਸਹੀ ਕਰਕੇ ਲਿਖੇ ਹਨ। ਫਿਰ ਪਿਸ਼ਾਵਰ ਪਰ ਸੈਂਕੜੇ ਬਰਸਾਂ ਦੀ ਇਸਲਾਮੀ ਹਕੂਮਤ ਦਿਖਾ ਕੇ ਸਾਬਤ ਕੀਤਾ ਹੈ ਕਿ 7-8 ਸਦੀਆਂ ਦੇ ਬਾਅਦ ਇਹ ਫਖਰ ਮਹਾਰਾਜਾ ਦੇ ਦਿਮਾਗ ਅਤੇ ਸਰਦਾਰ ਹਰੀ ਸਿੰਘ ਦੀ ਕਰਨੀ ਅਤੇ ਜ਼ਹਿਨੀਅਤ ਨੂੰ ਹੈ ਕਿ ਉਹਨਾਂ ਨੇ ਇਹ ਹਿੰਦੀ ਇਲਾਕਾ ਹਿੰਦ ਨਾਲ ਮੁੜ ਸ਼ਾਮਿਲ ਕੀਤਾ ਜੋ ਹੁਣ ਤੱਕ ਸ਼ਾਮਿਲ ਹੈ। ਹਜ਼ਾਰੇ ਦਾ ਇਤਿਹਾਸ, ਕਸ਼ਮੀਰ ਦੇ ਪੁਰਾਣੇ ਸਮਾਚਾਰ, ਕੱਲਣ ਇਤਿਹਾਸਕਾਰ ਦੇ ਲੇਖ ਆਦਿ ਵੀ ਇਸ ਪੋਥੀ ਵਿੱਚ ਮਿਲਦੇ ਹਨ। ਜਗਤ ਪ੍ਰਸਿੱਧ ਤੁੰਦ ਅਤੇ ਘਸਮਾਨ ਦੇ ਯੁੱਧ ਜੋ ਹੋਏ ਹਨ, ਨੁਸ਼ਹਿਰੇ ਦਾ ਯੁੱਧ ਉਹਨਾਂ ਵਿੱਚੋਂ ਇੱਕ ਹੈ। ਇਸ ਯੁੱਧ ਦੇ ਹਾਲਾਤ ਬੜੇ ਜ਼ੋਰਦਾਰ ਹਨ। ਸਿੱਖ ਇਤਿਹਾਸ ਵਿੱਚ ਇਹ ਯੁੱਧ ਬੜੀ ਅਹਿਮੀਅਤ ਦਾ ਹੈ, ਪਰ ਇਸ ਦੇ ਹਾਲਾਤ ਹੁਣ ਸਹੀ ਤਰ੍ਹਾਂ ਨਹੀਂ ਮਿਲਦੇ ਅਤੇ ਆਮ ਤੌਰ 'ਤੇ ਸਿੱਖ ਨੌਜਵਾਨਾਂ ਨੂੰ ਇਸ ਦੀ ਅਹਿਮੀਅਤ ਦਾ ਥੋਂ ਹੀ ਨਹੀਂ ਰਿਹਾ। ਖੁਸ਼ੀ ਦੀ ਗੱਲ ਹੈ ਕਿ ਲਾਇਕ ਲੇਖਕ ਜੀ ਨੇ ਇਸ ਯੁੱਧ ਦੇ ਹਾਲਾਤ ਇਤਿਹਾਸਕ ਤੁਲਨਾ ਵਿੱਚ ਤੋਲ ਕੇ ਇਸ ਪੋਥੀ ਵਿੱਚ ਲਿਖ ਦਿੱਤੇ ਹਨ। ਇਸੇ ਤਰ੍ਹਾਂ ਪੰਜਾਬ ਸਾਹਿਬ ਦੀ ਸੇਵਾ, ਜਿੱਥੋਂ ਕਿ ਇਹ ਸਰਦਾਰ ਹਰੀ ਸਿੰਘ ਦੇ ਵੇਲੇ ਆਰੰਭ ਹੋਈ, ਉਸ ਦਾ ਇਤਿਹਾਸਕ ਹਾਲ ਵੀ ਇਸ ਵਿੱਚ ਆ ਗਿਆ ਹੈ। ਜੋ ਸੇਵਾ ਸਰੋਵਰ ਮੰਦਰ ਦੀ ਸਰਦਾਰ ਜੀ ਨੇ ਆਪ ਕਰਾਈ, ਜਾਗੀਰ ਲਵਾਈ ਅਤੇ ਪ੍ਰਬੰਧ ਬੰਨ੍ਹ ਕੇ ਟੋਰਿਆ, ਉਸ ਦਾ ਫਖਰ ਸਰਦਾਰ ਹਰੀ ਸਿੰਘ ਜੀ ਨੂੰ ਹੈ, ਜਿਸ ਤੋਂ ਉਹਨਾਂ ਦੀ ਬੁੱਧੀ ਦੀ ਵਿਸ਼ਾਲਤਾ ਅਤੇ ਧਰਮ ਭਾਵਨਾ ਦਾ ਪਤਾ ਲੱਗਦਾ ਹੈ। ਇਹ ਜਰਨੈਲ ਕਿੰਨਾ ਵੱਡੇ ਗੁਣਾਂ ਦਾ ਆਗਾਰ ਸੀ। ਕਨ੍ਹਈਆ ਦੀ ਮਿਸਲ ਦੇ ਅਖੀਰਲੇ ਸਰਦਾਰ ਗੁਰਬਖਸ਼ ਸਿੰਘ ਜੀ ਜਦ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੇ ਬਿਰਧ ਪਿਤਾ ਜੀ ਆਪਣੀ ਰਿਆਸਤ ਦਾ ਪ੍ਰਬੰਧ ਕਰਨੋਂ ਸਰੀਰਕ ਕਮਜ਼ੋਰੀ ਕਰਕੇ ਨਿਰਾਸ਼ ਹੋ ਰਹੇ ਸਨ ਕਿ ਆਪ ਦੀ ਨੂੰਹ ਸਰਦਾਰਨੀ ਸਦਾ ਕੌਰ ਨੇ ਦਿਲਬਰੀ ਦਿੱਤੀ ਅਤੇ ਰਾਜ ਦੀ ਵਾਗਡੋਰ ਸੰਭਾਲ ਲਈ। ਇਸ ਇਤਿਹਾਸ ਵਿੱਚ ਇਹ ਵੀ ਇੱਕ ਬਹੁਤ ਦਲੇਰ, ਸੂਰਬੀਰ ਅਤੇ ਮੁਦੱਬਰ ਸਰਦਾਰਨੀ ਹੋਈ ਹੈ। ਇਸ ਦੀ ਕਾਕੀ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਹੋਇਆ ਸੀ, ਪਰ ਤਦੋਂ ਆਪ ਸੁਕਰ ਚੱਕਿਆ ਮਿਸਲ ਦੇ ਸਰਦਾਰ ਮਾਤਰ ਸਨ। ਇਸ ਸਰਦਾਰਨੀ ਨੇ ਆਪ ਦੀ ਉਸ ਅਹਿਲ ਜਵਾਨੀ ਦੀ ਉਮਰੇ ਰਹਿਨੁਮਾਈ ਅਤੇ ਹਰ ਤਰ੍ਹਾਂ ਦੀ ਸਹਾਇਤਾ ਐਸੀ ਕੀਤੀ ਕਿ ਉਹਨਾਂ ਦੇ ਐਸ਼ਰਜ ਦੀ ਢੇਰ ਸਾਰੀ ਵਡਿਆਈ ਇਸ ਅਦੁੱਤੀ ਸਿੱਖ ਵੀਰਾਂ ਨੂੰ ਹੈ। ਲਾਹੌਰ ਲੈਣ ਵਿੱਚ ਇਸ ਦੀ ਫੌਜੀ ਮਦਦ ਅਤੇ ਆਪਣੀ ਅਗਵਾਨੀ ਦੀ ਮਦਦ ਤ੍ਰੇ ਨਾਲ ਸਨ। ਲਾਹੌਰ ਵਿੱਚ ਦਾਖਲ ਹੋਣ ਵੇਲੇ ਆਖਦੇ ਹਨ ਕਿ ਆਪਣੀ ਫੌਜ ਦੇ ਮੂਹਰੇ ਨੰਗੀ ਤਲਵਾਰ ਸੂਤੀ ਇਹ ਬੀਰ ਸਰਦਾਰਨੀ ਦਿੱਲੀ ਦਰਵਾਜ਼ੇ ਵੱਲੋਂ ਦਾਖਲ ਹੋਈ ਸੀ। ਇਸ ਬੀਬੀ ਦੇ ਜੀਵਨ ਪਰ ਇਸ ਪੋਥੀ ਵਿੱਚ ਕਾਫ਼ੀ ਰੋਸ਼ਨੀ ਪਾਈ ਗਈ ਅਤੇ ਸਿੱਖ ਬੀਬੀਆਂ ਲਈ ਇੱਕ ਹੋਰ ਵੀਰਤਾ ਦੀ ਮਿਸਾਲ ਇਤਿਹਾਸ ਦੇ ਪਰਦੇ ਪਿੱਛੇ ਛਿਪੀ ਰੰਗ ਭੂਮੀ ਵਿੱਚੋਂ ਨਿਕਲ ਕੇ ਰੰਗ ਭੂਮੀ ਦੇ ਪਰਦੇ ਤੋਂ ਅਗਲੇ ਹਿੱਸੇ ਵਿੱਚ ਨਜ਼ਰਾਂ ਦੇ ਸਾਹਮਣੇ ਆ ਗਈ ਹੈ। ਇਹ ਚੰਗਾ ਹੋਵੇ ਕਿ ਸ਼੍ਰੀ ਬਾਬਾ ਜੀ ਇਸ ਬੀਬੀ ਦਾ ਸਵਿਸਥਾਰ ਜੀਵਨ ਕਿਸੇ ਵੇਲੇ ਲਿਖਦੇ। ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਸਲਤਨਤ ਬਣ ਜਾਵੇ ਅਤੇ ਆਪਣੇ ਆਪ ਵਿੱਚ ਇਤਨੀ ਮਜ਼ਬੂਤ ਹੋ ਜਾਵੇ ਕਿ ਫਿਰ ਇਸ ਨੂੰ ਕੋਈ ਵਿਦੇਸ਼ੀ ਫਤਿਹ ਨਾ ਕਰ ਸਕੇ ਅਤੇ ਇਸ ਧਰਤੀ ਦੀ ਸੁਤੰਤਰਤਾ ਸਦਾ ਲਈ ਕਾਇਮ ਹੋ ਜਾਵੇ। ਇਸ ਲਈ ਉਹ ਇਸ ਦੇ ਛੋਟੇ ਛੋਟੇ ਹਿੱਸਿਆਂ ਦੇ ਆਪੋ ਵਿੱਚ ਸਦਾ ਲੜਦੇ ਰਹਿੰਦੇ ਹਿੱਸੇ ਫਤਿਹ ਕਰ ਕਰਕੇ ਇੱਕ ਸਲਤਨਤ ਬਣਾ ਰਹੇ ਸਨ ਅਤੇ ਜਿਨ੍ਹਾਂ ਨੂੰ ਫਤਿਹ ਕਰਦੇ ਸਨ ਉਹਨਾਂ ਨੂੰ ਸਰਦਾਰੀਆਂ ਅਤੇ ਜਾਗੀਰਾਂ ਦੇ ਕੇ ਸਨਮਾਨ ਵਾਲੇ ਰਈਸ ਬਣਾ ਲੈਂਦੇ ਸਨ ਅਤੇ ਆਪਣੇ ਸੁਚੱਜੇ ਵਰਤਾਓ ਨਾਲ ਨਵੀਂ ਬਣ ਰਹੀ ਸਵਦੇਸ਼ੀ ਸਲਤਨਤ ਦੇ ਥੰਮ ਬਣਾ ਲੈਂਦੇ ਸਨ। ਉਹਨਾਂ ਦੇ ਇਸ ਇਰਾਦੇ ਨੂੰ ਸਭ ਤੋਂ ਵਧੀਕ ਸਰਦਾਰ ਹਰੀ ਸਿੰਘ ਜੀ ਸਮਝਦੇ ਜਾਪਦੇ ਹਨ ਅਤੇ ਇਹਨਾਂ ਨੇ ਹੀ ਉਸ ਦੀ ਪੂਰਨਤਾ ਵਿੱਚ ਸਭ ਤੋਂ ਵਧਵਾਂ ਹਿੱਸਾ ਲਿੱਤਾ ਸੀ ਅਤੇ ਇਸ ਨੂੰ ਇਸ ਯੋਗਤਾ ਨਾਲ ਨਿਭਾਇਆ ਕਿ ਸਰਦਾਰ ਜੀ ਦੀ ਵੀਰਤਾ ਦੇ ਨਾਲ ਉਹਨਾਂ ਦੀ ਨੀਤੀ ਦਾ ਵੀ ਕਮਾਲ ਦਿਸ ਪੈਂਦਾ ਹੈ। ਸੋ ਇਸ ਮਾਤਰ ਭੂਮੀ ਦੀ ਸੁਤੰਤਰਤਾ ਦੇ ਸਭ ਤੋਂ ਵੱਡੇ ਆਗੂ ਸ਼੍ਰੀ ਨਲੂਆ ਜੀ ਦੀ ਮਹਾਰਾਜਾ ਸਾਹਿਬ ਨੇ ਪੂਰੀ ਕਦਰਦਾਨੀ ਕੀਤੀ।
ਜਾਗੀਰਾਂ ਇਨਾਮ ਇੱਜ਼ਤ ਵਧਾਉਣੀਆਂ ਤੋਂ ਵੱਖਰੇ ਦੋ ਵੈਰ ਆਪ ਨੂੰ ਆਪਣਾ ਸਿੱਕਾ ਚਲਾਉਣ ਦੀ ਆਗਿਆ ਦਿੱਤੀ। ਇੱਕ ਵੇਰ ਕਸ਼ਮੀਰ ਅਤੇ ਇੱਕ ਵੇਰ ਪਿਸ਼ਾਵਰ, ਚਾਹੇ ਸਰਦਾਰ ਸਾਹਿਬ ਨਾ ਕੀਤੀ ਪਰ ਕਦਰਦਾਨਾਂ ਦੇ ਸਰਦਾਰ ਮਹਾਰਾਜਾ ਸਾਹਿਬ ਨੇ ਆਪ ਨੂੰ ਮੰਨਣ ਲਈ ਮਜਬੂਰ ਕੀਤਾ। ਚੁਨਾਚੇ ਹੁਣ ਤੱਕ ਆਪ ਦੇ ਨਾਮ ਦੇ ਸਿੱਕੇ, ਜਿਨ੍ਹਾਂ ਨੂੰ ਹਰੀ ਸਿੰਘੀਏ ਰੁਪਏ ਕਹਿੰਦੇ ਹਨ, ਦੇਖਣ ਵਿੱਚ ਆਉਂਦੇ ਹਨ। ਇਸ ਪ੍ਰਕਾਰ ਦੇ ਮਾਮਲੇ ਇਸ ਪੋਥੀ ਵਿੱਚ ਸੋਹਣੀ ਖੂਬੀ ਨਾਲ ਦੁਹਰਾਏ ਗਏ ਹਨ। ਕਈ ਇੱਕ ਪ੍ਰਸਿੱਧ ਪਰ ਗਲਤੀ ਦੇ ਖੰਭਾਂ ਨਾਲ ਉੱਡੀਆਂ ਖਬਰਾਂ ਜੋ ਇਸ ਲਾਇਕ ਸਿੱਖ ਜਰਨੈਲ ਦੇ ਨਾਲ ਲੋਕ ਲਾ ਕੇ ਕਥਾ ਕਰਦੇ ਹਨ, ਇਸ ਪੋਥੀ ਦੇ ਪੜ੍ਹਨ ਤੋਂ ਅਸਲੀ ਰੰਗ ਵਿੱਚ ਦਿਸ ਪੈਂਦੀਆਂ ਹਨ। ਜਿਵੇਂ ਲੋਕ ਕਹਿੰਦੇ ਹਨ ਕਿ ਇੱਕ ਇਲਾਕੇ ਵਿੱਚ ਰਾਤੀ ਮੀਂਹ ਪਿਆ, ਸਵੇਰੇ ਲੋਕ ਛੱਤਾਂ ਕੁੱਟਣ ਲੱਗ ਪਏ। ਸਰਦਾਰ ਜੀ ਨੇ ਪਤਾ ਕੀਤਾ ਕਿ ਇਹ ਕਿਉਂ, ਤਾਂ ਦੱਸਿਆ ਗਿਆ ਕਿ ਜੇ ਮੀਂਹ ਮਗਰੋਂ ਛੱਤਾਂ ਨਾ ਕੁੱਟਣ ਤਾਂ ਛੱਤਾਂ ਤਿਰਛ ਜਾਂਦੀਆਂ ਹਨ। ਆਪ ਹੱਸੇ ਅਤੇ ਕਿਹਾ, ਮਾਰੋ ਲੋਕਾਂ ਨੂੰ, ਇਹਨਾਂ ਦੀ ਮਿੱਟੀ ਕੁੱਟਿਆ ਹੀ ਠੀਕ ਹੁੰਦੀ ਹੈ। ਹੁਣ ਇਹ ਗੱਲ ਬੇਤਰਸੀ ਦਾ ਅਸਰ ਪਾਉਂਦੀ ਹੈ, ਪਰ ਬਾਬਾ ਜੀ ਨੇ ਇਸ ਦੀ ਇਤਿਹਾਸਕ ਅਸਲ ਖੋਲ੍ਹ ਦਿੱਤੀ ਹੈ ਕਿ ਜਦੋਂ ਆਪ ਕਸ਼ਮੀਰ ਤੋਂ ਆ ਰਹੇ ਸਨ ਅਤੇ ਆਪ ਦੇ ਨਾਲ ਕੇਵਲ 7,000 ਫੌਜ ਸੀ, ਤਾਂ ਮਾਂਗਲੀ ਦੀ ਘਾਟੀ ਵਿੱਚ ਰਸਤੇ ਨੂੰ 30,000 ਗਨੀਮ ਰੋਕ ਖੜੋਤੇ। ਇਹ ਉਹ ਲੋਕ ਸਨ ਜੋ ਖਾਲਸਾ ਰਾਜ ਦੇ ਤਾਬੇ ਸਨ। ਕਈ ਦਿਨ ਆਪ ਅਟਕੇ ਅਤੇ ਸੁਲ੍ਹਾ ਨਾਲ ਲੰਘ ਜਾਣ ਦੀ ਯਤਨ ਕੀਤੇ, ਪਰ ਰਾਹ ਰੋਕੂਆਂ ਨੇ ਸ਼ਾਂਤੀ ਅਤੇ ਪਿਆਰ ਨੂੰ ਕੁਝ ਵੀ ਨਾ ਮੰਨਿਆ। ਆਪ ਦੀ ਫੌਜ ਥੋੜ੍ਹੀ ਰਾਹ ਤੰਗ 'ਤੇ ਪਹੁੰਚਣਾ ਸੀ ਮਹਾਰਾਜਾ ਸਾਹਿਬ ਦੇ ਸੱਦੇ ਉੱਤੇ ਉਹਨਾਂ ਪਾਸ। ਜਦ ਕੋਈ ਪੇਸ਼ ਨਾ ਗਈ ਤਾਂ ਆਪ ਨੂੰ ਜੰਗ ਕਰਕੇ ਲੰਘਣ ਦੇ ਸਿਵਾ ਕੋਈ ਚਾਰਾ ਨਹੀਂ ਸੀ। ਇਸ ਵਿਚਾਰ ਵਿੱਚ ਸਨ, ਛੱਤਾ ਕੁੱਟਣ ਵਾਲੀ ਘਟਨਾ ਹੋਈ, ਤਦ ਆਪ ਨੂੰ ਇੱਕ ਰਾਹ ਸੁੱਜਾ ਕਿ ਹੱਲਾ ਕਰਕੇ ਵਿੱਚ ਦੀ ਨਿਕਲ ਚੱਲੋ, ਸੋ ਹੱਲਾ ਬੋਲ ਦਿੱਤਾ। 7,000 ਦੀ ਫੌਜ 30,000 ਵਿੱਚੋਂ ਕੱਢ ਕੇ ਸਫਲਤਾ ਨਾਲ ਲੈ ਗਏ ਔਰ ਸਾਰੀ ਘਾਟੀ 'ਤੇ ਕਬਜ਼ਾ ਕਰ ਲਿਆ। ਬਾਗੀਆਂ ਨੇ ਅਗਲੇ ਦਿਨ ਸ਼ਰਨ ਮੰਗੀ ਤਾਂ ਆਪ ਨੇ ਮਾਮੂਲੀ ਤਾਵਾਨ ਲਾ ਕੇ ਮਾਫ਼ ਕੀਤਾ। ਜਰਨੈਲ ਹਰੀ ਸਿੰਘ ਦੀ ਸਫਤੋੜ ਕਾਰੀਗਰੀ ਐਸੀ ਸੀ ਕਿ ਇਸ ਘਮਸਾਨ ਵਿੱਚ ਆਪ ਦੇ ਕੇਵਲ 180 ਜਵਾਨ ਮਾਰੇ ਗਏ ਅਤੇ 350 ਫੱਟੜ ਹੋਏ। ਸੋ ਇਸ ਤਰ੍ਹਾਂ ਸਾਰੇ ਹਾਲ ਨੂੰ ਇਤਿਹਾਸਕ ਸੱਭਿਅਤਾ ਵਿੱਚ ਅੱਖਾਂ ਅੱਗੇ ਆਇਆ ਦਰੁਸਤ ਰਾਏ ਕਾਇਮ ਹੋ ਸਕਦੀ ਹੈ। ਜੋ ਗੱਲ ਕਿ ਇਸ ਪੋਥੀ ਵਿੱਚ ਦਿਖਾ ਕੇ ਸਰਦਾਰ ਜੀ ਦੇ ਉੱਚੇ ਕਰੈਕਟਰ ਬਾਬਤ ਦਰੁਸਤ ਰਾਏ ਕਾਇਮ ਹੋਣ ਦਾ ਮੌਕਾ ਪੈਦਾ ਕਰ ਦਿੱਤਾ। ਦੂਰਦੇਸ਼ੀ ਅਤੇ ਨੀਧੜਕਤਾ ਦੋ ਐਸੇ ਪਰਸਪਰ ਵਿਰੋਧੀ ਭਾਵ ਹਨ, ਕਿਸੇ ਇੱਕ ਹਸਤੀ ਵਿੱਚ ਇਹਨਾਂ ਦੋਵਾਂ ਦਾ ਇਕੱਠਾ ਹੋ ਜਾਣਾ ਬੜਾ ਕਠਿਨ ਹੈ। ਪਰ ਸਰਦਾਰ ਹਰੀ ਸਿੰਘ ਜੀ ਦੀ ਜ਼ਿੰਦਗੀ ਦੇ ਕਰਤੱਵ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਸ ਦੀ ਸ਼ਖਸੀਅਤ ਦੀ ਵਿਸ਼ਾਲਤਾ ਵਿੱਚ ਇਹ ਦੋਨੋਂ ਚੀਜ਼ਾਂ ਉਤਪੋਤ ਸਮਾਈਆਂ ਹੋਈਆਂ ਸਨ। ਵਕਤ ਸਿਰ ਉਸ ਜਿਹਾ ਨਿਧੜਕ ਕੋਈ ਹੋਰ ਟਾਵਾਂ ਹੀ ਹੋਣਾ ਹੈ ਅਤੇ ਮੌਕੇ ਸਿਰ ਉਸ ਜੈਸੇ ਨਿਧੜਕ ਬੰਦਿਆਂ ਵਿੱਚੋਂ ਇਤਨਾ ਦੂਰ ਅੰਦੇਸ਼ ਹੋਰ ਕੋਈ ਵੀ ਨਹੀਂ। ਨਲੂਏ ਸਰਦਾਰ ਦੀ ਸਾਰੀ ਜ਼ਿੰਦਗੀ ਇੱਕ ਚਮਤਕਾਰ ਮਾਤਰ ਹੈ। ਕੁਦਰਤ ਦੇ ਕਿਸੇ ਜੀਵਨ ਤੱਤ 'ਤੇ ਉਸ ਕ੍ਰਿਸ਼ਮੇ ਦਾ ਜੋ ਦੀਰਘ ਦ੍ਰਿਸ਼ਟੀ ਦੀ ਅਟਾਰੀ ਤੋਂ ਮੌਕੇ ਦੀ ਲੋੜ ਨੂੰ ਤੱਕਦਾ ਹੋਇਆ ਆਪਣੀ ਛੋਟੀ ਜਿਹੀ ਆਯੂ ਨੂੰ ਨਿਰਭੈਤਾ ਦੀ ਖੇਤਰ ਭੂਮੀ ਵਿੱਚ ਭੇਟ ਚੜ੍ਹਾ ਦਿੰਦਾ ਹੈ। ਬਸ ਇਤਨਾ ਹੀ ਅਤੇ ਇਸ ਤੋਂ ਵੱਧ ਨਹੀਂ, ਕਿਉਂਕਿ ਕੁਦਰਤ ਨੇ ਇਹ ਪ੍ਰਬੰਧ ਕੀਤਾ ਹੋਇਆ ਸੀ ਕਿ ਇਸ ਬੇਬਾਕ ਅਤੇ ਨਿਧੜਕ ਬੰਦੇ ਦੀਆਂ ਦੂਰ ਅੰਦੇਸ਼ੀ ਦੀਆਂ ਸੋਚਾਂ, ਜਿਨ੍ਹਾਂ ਦਾ ਡੂੰਘਾ ਅਸਰ ਪੰਜਾਬ ਦੇ ਅਗਲੇ ਇਤਿਹਾਸ ਉੱਪਰ ਹੋਣਾ ਹੈ, ਪ੍ਰਵਾਨ ਨਾ ਹੋਣਾ। ਅਮਲ ਵਿੱਚ ਨਾ ਆ ਸਕੀਆਂ ਦੂਰ ਅੰਦੇਸ਼ੀਆਂ ਦੀ ਇੱਕ ਵੱਡੀ ਮਿਸਾਲ ਪੁਸਤਕ ਦੇ ਸਫ਼ੇ 192 ਉੱਪਰ ਹੈ। ਸਵਾਲ ਇਹ ਸੀ ਕਿ ਸ਼ਾਹਜ਼ਾਦਾ ਖੜਗ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਵਲੀ ਅਹਿਦ ਮੁਕਰਰ ਕੀਤਾ ਜਾਏ ਅਤੇ ਇਹ ਫੈਸਲਾ ਲਾਰਡ ਬੇਟਿੰਗ ਨੂੰ, ਜੋ ਉਸ ਵੇਲੇ ਹਿੰਦੁਸਤਾਨ ਦਾ ਗਵਰਨਰ ਜਨਰਲ ਸੀ, ਦੱਸ ਕੇ ਪੱਕਾ ਕੀਤਾ ਜਾਵੇ। ਇਸ ਵਿਚਾਰ ਦੀ ਕਿ ਸ਼ਹਿਜ਼ਾਦਾ ਖੜਗ ਸਿੰਘ ਵਲੀ ਅਹਿਦ ਹੋਵੇ, ਬਹੁਤ ਸਾਰਿਆਂ ਦਰਬਾਰੀਆਂ ਤਾਇਦ ਕੀਤੀ, ਪਰ ਇਹਨਾਂ ਵਿੱਚੋਂ ਇੱਕ ਬੀਰ ਬਹਾਦਰ ਜੁਰਤ ਵਾਲਾ ਸਰਦਾਰ ਹਰੀ ਸਿੰਘ ਹੀ ਸੀ ਜੋ ਐਸਾ ਨਿਕਲਿਆ ਜਿਸ ਨੇ ਇਸ ਦੀ ਵਿਰੋਧਤਾ ਕੀਤੀ। ਆਪ ਨੇ ਦੱਸਿਆ ਕਿ ਜ਼ਾਤੀ ਤੌਰ ਪਰ ਮੇਰੇ ਦਿਲ ਵਿੱਚ ਸ਼ਹਿਜ਼ਾਦਾ ਖੜਗ ਸਿੰਘ ਲਈ ਭਾਰੀ ਸਤਿਕਾਰ ਹੈ ਅਤੇ ਇਹ ਗੱਲ ਸਮੂਹ ਖਾਲਸੇ ਪਰ ਸੂਰਜ ਵੱਤ ਰੋਸ਼ਨ ਹੈ ਕਿ ਮੇਰੀ ਸ਼ਹਿਜ਼ਾਦਾ ਖੜਗ ਸਿੰਘ ਗੂੜੀ ਮਿੱਤਰਤਾਈ ਹੈ, ਪਰ ਮੈਂ ਖਾਲਸਾ ਰਾਜ ਨੂੰ ਪੰਥ ਖਾਲਸੇ ਦੀ ਇੱਕ ਅਮਾਨਤ ਸਮਝਦਾ ਹਾਂ। ਇਸ ਦੀ ਵਾਗਡੋਰ ਕਿਸੇ ਦੇ ਹੱਥ ਸੌਂਪਣ ਲੱਗਿਆਂ ਕੁਝ ਹੋਰ ਵਧੇਰੀ ਸੋਚ ਦੀ ਲੋੜ ਹੈ। ਸ਼ਹਿਜ਼ਾਦੇ ਖੜਗ ਸਿੰਘ ਦੀ ਚੋਣ ਬਾਬਤ ਸਰਦਾਰ ਹਰੀ ਸਿੰਘ ਦੀ ਲੰਮੀ ਸੋਚ ਅਤੇ ਫਿਰ ਖੁੱਲ੍ਹੇ ਲਫ਼ਜ਼ਾਂ ਵਿੱਚ ਇਸ ਵਿਚਾਰ ਦੀ ਵਿਰੋਧਤਾ ਉਸ ਦੇ ਦਾਨਾ ਸ਼ੁੱਧ ਆਚਰਣ ਦੀ ਪਾਰਦਰਸ਼ਕ ਸਫਾਈ ਦਾ ਇੱਕ ਨਮੂਨਾ ਹੈ। ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਸਰਦਾਰ ਹਰੀ ਸਿੰਘ ਦੀ ਆਪਣੀ ਵਿਉਂਤ ਇਸ ਬਾਰੇ ਕੀ ਸੀ ਕਿ ਪੰਜਾਬ ਰਾਜ ਦੀ ਗੱਦੀ ਨਿਸ਼ੀਨੀ
ਘਰੋਗੀ ਵਿਰਾਸਤ ਦੇ ਸਿਲਸਿਲੇ ਵਿੱਚ ਨਾ ਜਕੜ ਕੇ ਕਿਸੇ ਚੋਣ ਦੇ ਅਸੂਲਾਂ ਉੱਪਰ ਕੀਤੀ ਜਾਵੇ। ਸਰਦਾਰ ਹਰੀ ਸਿੰਘ ਪੂਰਨ ਸਿੱਖ ਸੀ ਅਤੇ ਇਸ ਦੁਨਿਆਈ ਰਾਜ ਦੀ ਨੀਂਹ ਵੀ ਉਹ ਸਿੱਖ ਧਰਮ ਦੇ ਉਹਨਾਂ ਰੂਹਾਨੀ ਅਸੂਲਾਂ ਉੱਪਰ ਹੀ ਸ਼ਾਇਦ ਰੱਖਣੀ ਚਾਹੁੰਦਾ ਹੋਵੇ ਜੋ ਗੁਰਿਆਈ ਦੀ ਗੱਦੀ ਨਸ਼ੀਨੀ ਵੇਲੇ ਵਰਤੋਂ ਵਿੱਚ ਆਉਂਦੇ ਸਨ ਅਤੇ ਜੋ ਅਧਿਕਾਰ ਦੀ ਪ੍ਰੀਖਿਆ ਨੂੰ ਰਿਸ਼ਤੇਦਾਰੀ ਦੇ ਦਾਅਵੇ ਕੋਲੋਂ ਸਦਾ ਸੁਤੰਤਰ ਰੱਖਦੇ ਸਨ। ਇਹ ਮੁਮਕਿਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਕੁੱਲ ਵਿੱਚੋਂ ਕੋਈ ਵੀ ਉਸ ਦੀ ਜਾਨ ਛੀਨੀ ਲਈ ਅਧਿਕਾਰੀ ਨਹੀਂ ਸੀ। ਉਸ ਹਾਲਤ ਵਿੱਚ ਕੀ ਹੁੰਦਾ, ਇਸ ਗੱਲ ਦਾ ਇਸ਼ਾਰਾ ਅੱਗੇ ਦਿੱਤਾ ਇਸ ਫਿਕਰੇ ਵਿੱਚ ਹੈ। ਮੈਂ ਖਾਲਸਾ ਰਾਜ ਨੂੰ ਪੰਥ ਖਾਲਸੇ ਦੀ ਇੱਕ ਅਮਾਨਤ ਸਮਝਦਾ ਹਾਂ। ਇਸ ਦੀ ਵਾਗਡੋਰ ਕਿਸੇ ਦੇ ਹੱਥ ਸੌਂਪਣ ਲੱਗਿਆਂ ਕੁਝ ਹੋਰ ਵਧੇਰੀ ਸੋਚ ਦੀ ਲੋੜ ਹੈ। ਇਸ ਫਿਕਰੇ ਤੋਂ ਇਹ ਟੋਹ ਲੱਗਦੀ ਹੈ ਕਿ ਨਲੂਏ ਸਰਦਾਰ ਦੇ ਦਿਲ ਵਿੱਚ ਪੰਜਾਂ ਪਿਆਰਿਆਂ ਦੀ ਮਿਸਾਲ ਉੱਪਰ ਰਾਜ ਪ੍ਰਬੰਧ ਲਈ ਵੀ ਕੋਈ ਪੰਚਾਇਤ ਦੀ ਸਕੀਮ ਬਣਾਉਣ ਦਾ ਨਕਸ਼ਾ ਤਿਆਰ ਹੋ ਰਿਹਾ ਸੀ ਅਤੇ ਨਵੀਂ ਕਿਸਮ ਦੀ ਪ੍ਰਜਾਤੰਤਰ ਰਿਆਸਤ ਬਣਾਉਣਾ ਸੀ, ਪਰ ਕੁਦਰਤ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਹੀ ਵਲੀ ਅਹਿਦ ਮੁਕਰਰ ਕੀਤਾ। ਇਸ ਗੱਲ ਦੇ ਜੋ ਭਿਆਨਕ ਨਤੀਜੇ ਹੋਏ ਉਸ ਵਿੱਚ ਪੰਜਾਬ ਦੀ ਹੁਣ ਦੀ ਤਵਾਰੀਖ ਦੇ ਬੀਜ ਬੋਏ ਗਏ, ਪਰ ਕੁਦਰਤ ਨੇ ਨਾਲ ਹੀ ਇਹ ਬੰਦੋਬਸਤ ਕੀਤਾ ਕਿ ਨਲੂਆ ਸਰਦਾਰ ਨੇ ਇਹ ਭਿਆਨਕ ਨਤੀਜੇ ਆਪ ਤੱਕ ਕੇ ਬੇਬਸੀ ਦੇ ਕੰਮਾਂ ਨੂੰ ਨਾ ਸਹਾਰੇ। ਸਰਦਾਰ ਹਰੀ ਸਿੰਘ ਸ਼ਹਿਜ਼ਾਦੇ ਖੜਕ ਸਿੰਘ ਦੀ ਗੱਦੀ ਨਸ਼ੀਨੀ ਤੋਂ ਪਹਿਲੇ ਹੀ ਖੈਬਰ ਦੀ ਘਾਟੀ ਵਿੱਚ ਘਾਇਲ ਹੋ ਗਿਆ। ਉਸ ਦੀ ਦੀਰਘ ਦ੍ਰਿਸ਼ਟੀ ਵਾਲੀ ਸਕੀਮ ਸਿਰੇ ਨਾ ਚੜ੍ਹੀ ਅਤੇ ਅੱਜ ਦਰਾ ਖੈਬਰ ਵਿੱਚ ਉਸ ਦੀ ਨੀਂਹ ਧੜਕਤਾ ਨੇ ਆਪਣਾ ਅਖੀਰੀ ਜ਼ੋਰ ਦਿਖਾ ਦਿੱਤਾ। ਸਰਦਾਰ ਘਾਇਲ ਹੋ ਗਿਆ, ਜ਼ਖਮ ਹਲਾਕੂ ਸਨ, ਹੋਰ ਕੋਈ ਹੁੰਦਾ ਤਾਂ ਉੱਥੇ ਹੀ ਜਾਨ ਤੋੜ ਕੇ ਬੇਬਸ ਹੋ ਜਾਂਦਾ, ਪਰ ਸਰਦਾਰ ਨੇ ਹੱਠ ਕੀਤਾ। ਜਮਰੋਦ ਦੇ ਕਿਲੇ ਵਿੱਚ ਜਿਉਂਦੇ ਹੀ ਵਾਪਸ ਪਹੁੰਚਣ ਲਈ ਘੋੜੇ ਦੀ ਵਾਗ ਮੋੜ ਲਈ ਇਸ 'ਤੇ ਕਾਦਰ ਯਾਰ ਲਿਖਦਾ ਹੈ, ਨੂਨ ਨਿਕਲ ਚੱਲ ਘੋੜਿਆ ਕਿਲੇ ਦੀ ਵੱਲ, ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ, ਗੋਲੀ ਲੱਗੀ ਏ ਕਹਿਰ ਕਲੋਰ ਵਾਲੀ, ਘਾਇਲ ਹੋਇਆ ਏ ਅੱਜ ਅਸਵਾਰ ਤੇਰਾ। ਵਾ ਵਗਿਆ ਹਵਾ ਦੇ ਵਾਂਗ ਘੋੜਾ, ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ, ਕਾਦਰ ਯਾਰ ਹੱਠ ਨਾਲ ਸਰਦਾਰ ਬੈਠਾ, ਐਪਰ ਨਿਕਲਦੀ ਸੀ ਪਈ ਜਾਨ ਵਿੱਚੋਂ। ਭੂਮਿਕਾ। ਵੀਰਾਂ ਅਤੇ ਸ਼ਹੀਦਾਂ ਦਾ ਜੀਵਨ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ। ਇਤਿਹਾਸ ਦੇ ਭਾਸ ਨਾਲ ਪ੍ਰਭਾਵਿਤ ਹੋ ਕੇ ਕੌਮਾਂ ਦੇ ਭਵਿੱਖਿਅਤ ਸੋਰਿਆ ਕਰਦੇ ਹਨ। ਸਫਲ ਜੀਵਨ ਦੀ ਪ੍ਰਾਪਤੀ ਲਈ ਆਪਣੇ ਵੀਰਾਂ ਦੇ ਇਤਿਹਾਸ ਅਤੇ ਉਹਨਾਂ ਦੀਆਂ ਯਾਦਗਾਰਾਂ ਨਾਲ ਦਿਮਾਗੀ, ਮਾਨਸਿਕ ਅਤੇ ਆਤਮਕ ਸੰਬੰਧ ਕਾਇਮ ਰੱਖਣਾ ਜੀਵਦੀਆਂ ਕੌਮਾਂ ਦਾ ਮੁੱਖ ਆਦਰਸ਼ ਹੁੰਦਾ ਹੈ। ਸਫਲਤਾ ਦੇ ਸਿਖਰ ਪਰ ਪਹੁੰਚ ਚੁੱਕੀਆਂ ਕੌਮਾਂ ਦੇ ਵਿਦਵਾਨਾਂ ਦਾ ਇਹ ਨੈਤਿਕ ਫੈਸਲਾ ਹੈ, ਜੋ ਜਾਤੀ ਇਤਿਹਾਸਕ ਖਜ਼ਾਨੇ ਦੀ ਮਾਲਕ ਹੈ ਉਹ ਕਦੇ ਨਹੀਂ ਮਰਦੀ। ਜਿਨ੍ਹਾਂ ਕੌਮਾਂ ਨੇ ਇਸ ਸੁਨਹਿਰੀ ਆਦਰਸ਼ ਨੂੰ ਅੱਖਾਂ ਅੱਗੇ ਰੱਖਿਆ ਉਹ ਸਮੇਂ ਦੀਆਂ ਔਂਕੜਾਂ ਦੇ ਘੁੰਮਣ ਘੇਰ ਸਾਗਰਾਂ ਨੂੰ ਚੀਰਦੀਆਂ ਹੋਈਆਂ ਕਾਮਯਾਬੀ ਅਤੇ ਸਫਲਤਾ ਦੀ ਟੀਸੀ ਪਰ ਚੜ੍ਹ ਗਈਆਂ। ਖਾਲਸੇ ਦਾ ਇਤਿਹਾਸ ਜੋ ਭਾਸਕਰ ਵੱਤ ਉਜਾਗਰ ਹੈ ਅਤੇ ਬਹੁਮੁੱਲੇ ਰਤਨਾਂ ਦਾ ਭਰਪੂਰ ਖਜ਼ਾਨਾ ਹੈ, ਸ਼ੌਂਕ ਹੈ ਕਿ ਪੰਥ ਇਸ ਅਮੋਲਕ ਦਾਤ ਵੱਲੋਂ ਕੋਈ ਲਾਭ ਪ੍ਰਾਪਤ ਨਹੀਂ ਕਰ ਰਿਹਾ। ਸਾਡੇ ਪੜ੍ਹੇ ਲਿਖੇ ਨੌਜਵਾਨਾਂ ਦੇ ਪਤਿਤ ਹੋਣ ਅਤੇ ਸਿੱਖੀ ਵੱਲੋਂ ਅਰੁਚੀ ਦਾ ਵੱਡਾ ਕਾਰਨ ਇਹ ਹੈ ਕਿ ਉਹ ਆਪਣੇ ਵੱਡਿਆਂ ਦੇ ਇਤਿਹਾਸ ਤੋਂ ਅਜਾਣੂ ਹਨ। ਸੰਸਾਰ ਵਿੱਚ ਸਭ ਤੋਂ ਵਧੇਰੇ ਵੀਰ ਅਤੇ ਸ਼ਹੀਦ ਪੈਦਾ ਕਰਨ ਦਾ ਮਾਨ ਖਾਲਸਾ ਕੌਮ ਨੂੰ ਪ੍ਰਾਪਤ ਹੈ। ਇਹਨਾਂ ਮਾਨਯੋਗ ਹਸਤੀਆਂ ਦਾ ਜੀਵਨ ਇਹਨਾਂ ਪ੍ਰਭਾਵਸ਼ਾਲੀ ਅਤੇ ਜੀਵਨਦਾਤਾ ਹੈ ਕਿ ਇਸ ਦੇ ਪੜ੍ਹਨ ਨਾਲ ਸੁੱਕੀਆਂ ਰਗਾਂ ਵਿੱਚ ਮੁੜ ਸੂਰਮਤਾ ਦਾ ਲਹੂ ਗੇੜੇ ਲਾਉਣ ਲੱਗਦਾ ਹੈ ਅਤੇ ਮੁਰਦਾ ਦਿਲਾਂ ਵਿੱਚ ਵਰਿਆਮਤਾ ਦਾ ਅਗਾਧ ਜੋਸ਼ ਉਛਾਲ ਖਾਣ ਲੱਗ ਪੈਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਸਿੱਖ ਕੌਮ ਆਪਣੇ ਇਹਨਾਂ ਮਹਾਂਪੁਰਖਾਂ ਦੇ ਇਤਿਹਾਸਕ ਖਜ਼ਾਨੇ ਨਾਲ ਮਾਲਾਮਾਲ ਹੁੰਦੀ, ਪਰ ਜਦ ਇਸ ਪਾਸੇ ਨਜ਼ਰ ਮਾਰੀਏ ਤਾਂ ਹਨੇਰਾ ਹੀ ਹਨੇਰਾ ਦਿਸਦਾ ਹੈ। ਸਾਡਾ ਕੁਝ ਕੁ ਲਿਖਤ ਇਤਿਹਾਸ ਹੈ, ਪਰ ਉਹ ਮੂਲੋਂ ਹੀ ਅਪੂਰਨ ਹੈ ਅਤੇ ਉਸ ਵਿੱਚੋਂ ਵਧੇਰਾ ਅਨਮਤ ਦੇ ਲੇਖਕਾਂ ਨੇ ਆਪਣੀਆਂ ਜ਼ਾਤੀ ਗਰਜ਼ਾਂ ਨੂੰ ਮੁੱਖ ਰੱਖ ਕੇ ਲਿਖਿਆ ਹੈ, ਜਿਸ ਦੇ ਪੜ੍ਹਨ ਨਾਲ ਲਾਭ ਦੀ ਥਾਂ ਉਲਟਾ ਅਸਰ ਪੈਂਦਾ ਹੈ। ਇਸ ਲਈ ਸਾਡਾ ਲਿਖਤ ਇਤਿਹਾਸ ਡੂੰਘੀ ਖੋਜ ਅਤੇ ਲੰਮੀ ਪੜਚੋਲ ਦਾ ਮੁਥਾਜ ਬਣਿਆ ਹੋਇਆ ਹੈ। ਅਜੇ ਵੀ ਸਮਾਂ ਹੈ ਕਿ ਜੇ ਪੰਥ ਦੇ ਵਿਦਵਾਨ ਆਪਣਾ ਕੀਮਤੀ ਦਿਮਾਗ ਕੌਮ ਦੇ ਇਸ ਅਤਿ ਲੋੜੀਂਦੇ ਕੰਮ ਤੋਂ ਵਾਰ ਕੇ ਸਮੇਂ ਦੀ ਕਾਲੀ ਚਾਦਰ ਹੇਠ ਲੋਪ ਹੋ ਰਹੇ ਇਤਿਹਾਸ ਨੂੰ ਬਚਾਉਣਾ ਚਾਹੁਣ ਤਾਂ ਬਚਾ ਸਕਦੇ ਹਨ। ਮਾਲੂਮ ਰਹੇ ਕਿ ਸਿੱਖ ਇਤਿਹਾਸ ਨੂੰ ਉਸ ਸਪਿਰਿਟ ਵਿੱਚ ਲਿਖਣਾ ਜਿਸ ਵਿੱਚ ਉਹ ਬਣਾਇਆ ਗਿਆ ਸੀ,
केवल सिख लिखारियां दा काम है। अनुमति इस दी असलियत नू समझ ही नहीं सकते। इसलिए होर भी जरूरी हो जाता है कि पंथ दे शुभ चिंतक साहित्यक सुभा वाले सज्जन मैदान विच आवन ते अपनी हथी अपनी तरसयोग हालत विच विकोलिरता पिया इतिहास इकट्ठा करके मुकम्मल कर दे। इस दा फल यह निकलेगा कि अपने बजुर्गां दे जीवन इतिहास नू पढ़ के साडे बच्चे अपने आप विच उना वड वडेरियां दियां हड्डियां दी अपनी हड्डी अते उना दे ही मास ते लहू दा बनिया अपना जिसम समझ के उना जिहा ही बन जाणगे। सरदार हरी सिंह जी नलुए दा नाम जिन्ना खालसा कौम विच प्यारिया जांदा है शायद ही कोई होर नाम इन्ना सत्कारिया जांदा होवे। राज समय तो लैके अज तीक कौम दा दिल ते दिमाग सदा आप दे नाल रहा है, पर यह गल जरा अफसोस नाल लिखनी पैंदी है कि कौम ने आप जी दी इस 100 साल दे अंदर ना कोई पक्की यादगार कायम कीती अते ना ही आप दे कारनामिया दा कोई सण वेरवे इतिहास लिखिया। कई सालां दी लंबी खोज दुर्लभ पुराणियां ते नवियां पुस्तकां दी पड़चोल उस समय दे बिरधां तो सुने हाल पश्तो दे गीतां ते रवायतां तो एकत्र कीता मसाला आप दे जीवन दी जिथों कोई घटना होई उत्थे पहुँच के मौके दी पड़ताल आदि दे आधार पर यह पुस्तक जीवन इतिहास सरदार हरी सिंह जी नलुआ दी शकल विच पंथ दे सामने हाजिर है। मैं अपने वालों यतन किया है कि इस पुस्तक की कोई घटना बिना प्रमाणिक सबूत के हवाले के ना लिखी जाए। इत्थे यह लिखना जरूरी नहीं समझदा कि इस जीवन के लिखन विच किन्नी कुकाल घाली गई है, यह अपने आप अगलिया वर्कियां तो पढ़न तो आप स्पष्ट हो जाएगा। नलुए सरदार का जीवन लिखते हुए मैं यही यतन भी नाल किया है कि सरदार हरी सिंह जी दे नाल मैदाने जंग विच कौम दे जिहड़े बहादुर सूरमे शहीद या फट्टड़ होए उन्हां सूरबीरां दे घराणियां दे हाल संखेप फुटनोटां विच लिख दित्ते हन। अते इस दे नाल ही इस गल दी भी खास कोशिश कीती गई है कि सिख इतिहास संबंधी वध तो वध मसाला इस पुस्तक विच इकट्ठा किया जाए ता कि यह पाठकां दी आम वाकफी दे वाधे दा कारण बने। अखीर विच मैं उन्हां सारियां सुहिरद स्नेहियां दा धन्नवाद करदा हाँ जिन्हां ने इस पुस्तक दी पूर्णता विच मेरी सहायता कीती, खासकर डॉक्टर बलबीर सिंह जी BSc PhD लंडन दा हार्दिक शुक्रिया है जिन्हां ने अपना बहुमुल्ला समा कढ के इस पुस्तक दे प्रूफ पढ़न दी खेचल कीती। इस पुस्तक दे पढ़न नाल जे किसे पंथ प्यारे दी रुचि अपने लोप हो रहे अमोलक इतिहास दे बचाओ वल हो जावे तां मैं समझांगा मेरी काल थाई पई है। बाबा प्रेम सिंह होती मरदान। जीवन बिरतांत सरदार हरी सिंह नलुआ गवर्नर कश्मीर हजारा ते पिशावर अते कमांडर इन चीफ खालसा फौज। जन्म लाडला हरी सिंह सरदार गुरदयाल सिंह उप्पल खत्री गुजरांवाले दा वसनीक अते सुकर चकिया मिसल दा कुमेदान सी। भावें उसने अपने जीवन विच वड्डियां लड़ाइयां लड़ के कुमेदानी दा मुरातबा पाया सी, पर उस दी प्रसिद्धता केवल इस लई ही नहीं सी कि उसने उपरोंकत मिसल लई घोर संग्राम मारे सन, सगों आप दा नाम जिस गल नाल सदीवी वड्याई प्राप्त कर गया ओह ए सी कि आपने संसार दी उस महा अदुती हस्ती नू जन्म दिता जिस दा सतिकार योग नाओ सरदार हरी सिंह नलुआ सी। 1791 ईस्वी का नवां साल अजे आरंभ होया ही सी के करतार ने सरदार गुरदयाल सिंह दे घर गुजरांवाले विच एक पुत्र दिता जिसका नाम हरी सिंह रख्या गया। सरदार हरी सिंह सरदार गुरदयाल सिंह दे घर उसकी छेकड़ली उमरे जन्मिया सी अते सारे घराने विच इको एक लाल सी जिस करके उसकी बाल अवस्था बड़े ही लाडा ते मलारा विच गुजरी। सरदार गुरदयाल सिंह ने योग समय अपने पुत्र की विद्या लई एक विद्वान सिंह अते एक चंगा फाजल मौलवी घर विच ही पढ़ाउण लई रख दिता। सिंह जी गुरमुखी विच धार्मिक विद्या देव दे अते मौलाना जी फारसी पढ़ाउंदे सन। इस तरह हरी सिंह ने लाडले जीवन दियां 7 गर्मियां अते 7 ही सर्दियां अजे बिताईयां सन कि भाणा करतार दा यह वरतिया कि इक्का इक सरदार गुरदयाल सिंह बीमार पै गए। अजे पूरा साता भी ना बीतिया कि आप दा भोर उडारियां ला के गुरु चरणा विच जा वसिया। हुण निक्का जिहा लाडला हरी सिंह
संसार ते कल्ला रह गया। यह गल विसाख सम्मत 1855 दी है। यतीम हरी सिंह। असी उपर दस आए हाँ कि लाडला हरी सिंह मसा अजे 7 वरियां दा सी कि इसका प्यारा पिता इसनू संसार ते कल्ला छड़ के आप तुर गया। जिस तरह सरदार हरी सिंह अपने पिता सरदार गुरदयाल सिंह दे घर इकलौता पुत्र सी, इसे तरह सरदार गुरदयाल सिंह भी अपने पिता सरदार हरदास सिंह दे वेड़े इको एक ही अखां दा तारा सी। सरदार गुरदयाल सिंह दियां अखां मीटन नाल हरी सिंह ना केवल अपने सिर तो अपने अत प्यारे पिता की छतर काया ही गवा बैठा, सगों इसका सब कुछ लुटिया गया। बस खोज तो जो कुछ पता मिल सकिया है वह इतों तीक ही पहुँचाउण की सहायता करता है कि कुछ दिनों उपरंत आप जी की सत्कार योग माता सरदारनी धर्म कौर जी का भराता हरी सिंह नू अपने घर लै गया ते उत्थे ही उसकी आम सिख बच्चियां दी तरह प्रतिपालना हुंदी रही। उस समय कौन जानदा सी कि एहो 7 साल दा न्यासरा बच्चा किसे दिन हजारां न्यासरियां दा आसरा बनेगा। एह किस नू पता सी कि एह निताणा बालक लखां दा सतान होवेगा अते एह किसे दे फुरने विच भी नहीं सी गुजरदा कि किसे समय यह महत्तर हरी सिंह खालसा सल्तनत का विजयी कमांडर इन चीफ ते कामयाब गवर्नर बनेगा अते इस दे नाम का सिक्का चलेगा। हाँ, यह किसी के सुपने विच भी नहीं सी आया कि यह इकला रह गया मुंडा किसे वक्त खालसा राज विच केवल शेरे पंजाब महाराजा रणजीत सिंह जी तो उत्तर के सब तो वध सत्कारिया ते प्यारिया जाएगा। मालूम हुंदा है कि इस निक्की जिही जिंदड़ी दे सिर आ पईयां मुसीबतां ते कठिनाइयां दे दुख सरदार हरी सिंह नू अपनी सारी उम्र नहीं सी भुले, क्योंकि आप जद कदी किसी अनाथ की पुकार सुनदे तां आप दा बहादुर दिल ऐसा बेवसा जिहा हो के पंगर पैंदा ते बख्शिशां दा बदल बन के उन्हां ते ऐसी खुल दिली नाल वसदा कि लोड़वंदां दियां पीड़ियां दे धोण धो दिंदा। इत्थे ही बस नहीं, ओह घंटिया बदी इन्हां नाल प्यार भरे बचन बिलास करदा ते उन्हां दे दुख वढ़ाउंदा हुंदा सी। आप जी दियां इह दित्तां किसी खास नसल या फिरके बंदी दियां हद्दां दे अंदर नहीं सन आउंदियां, सगों जो भी हजूरी विच हाजिर हुंदा इस बरकत तों सांझा लाभ उठाउंदा सी। समा जो सदा अपनी तोरे तुरदा रहिंदा है तुरदा रहा। सरदार हरी सिंह अपने मामियां दे घर आम बच्चियां वांग परवरिश पांदा रहा। निक्के हुंदिया तो ही कुदरत ने उसनू बड़ी विचित्र बुद्धि ते रोशन दिमाग दिता सी। ओह एक वारी जो कुछ देखदा जा सुनदा झट उसनू बिना किसी काल जा कमाई किते दे हिरदे विच बिठा लैंदा। इस तरह 14-15 बरसां दी उम्र विच देखो देखी उसने लगभग सारे जंगी करतबां विच पूरी पूरी निपुणता प्राप्त कर ली। ओह नेजाबाजी ते शमशेरजनी विच अपनी नज़ीर आप ही सी। तीर अते बंदूक दी गोली नाल सही निशाना फुडन लई सरदार हरी सिंह उन्हीं दिनी बड़ी मशहूरी रखदा सी। इन्हां सारे जंगी हुनरां दे नाल नाल करतार ने आप नू ऐसा मनमोहना सरूप अते सुडोल बलवान ते फुरतीला शरीर बख्शिया सी कि देखण वाला एक निगाह विच ही आप ते मोहित हो जांदा सी। जंगी करतबां दे नाल आप ने गुरमुखी द्वारा धार्मिक विद्या अते फारसी दी जबानदानी अते खुशखत लिखत लई आप अपने समय दे वड्डे सुंदर लिखारी ते फाजल विद्वान सन। आप दी फारसी दी विद्वता बाबत बैरन हुगल अपने सफरनामे विच लिखदा है कि सरदार दी मालूमात नू देख के मैं हैरान रह गया हाँ, ओह फारसी विच बड़ा निपुन है अते बड़ी तेजी नाल फारसी लिखदा ते बोलदा है। अफगान विच आप ऐसी रवानगी नाल बोलिया करदे सन कि सुनन वाले अचंबा हो जांदे सन। महाराजा रणजीत सिंह दा दरबार। शेरे पंजाब महाराजा रणजीत सिंह दा दिल खालसा कौम दे बच्चियां दी उन्नति दे प्यार नाल लबालब भरिया होया सी। पंथ दे नौजवानां दे दिल वधाउण लई सरकार पंजाब दी राजधानी विच हर साल बसंत पंचमी दे दिन तों आरंभ करके 10 दिनां तीक बड़ा भारी दरबार लाया करदे सी, जिस विच सारे पंजाब दे नौ निहालां नूं इकट्ठा करन दा प्रबंध कीता जांदा सी। इस समय हर कौम दे नौजवान अपने जंगी करतब अते जिस्मानी ताकत दे कमाल दस्या करदे सन।
कामयाब नौजवानों नकद इनामों तो छुट जिस जिस सेवा दे योग किसी समझा जाता उन्होंने योग्यता अनुसार अहदे आदि दे के फौज विच भर्ती कर लिया जाता। इस तरह के इकट्ठ तो कई लाभ सन। एक तो इस तरह राज प्रबंध लई सौखे ही योग जवान भर्ती लई मिल जाते सन। दूजा महाराजा साहिब नाल सीधे मेल मिलाप नाल जान पछाण का सिलसिला बनिया रहिंदा सी। तीजा इनाम आदि मिलन नाल उना दी इन्नी हौसला अफजाई हो जांदी कि आउण वाली पीढ़ी दे नौनिहाल अपने आप नू वध तो वध राज दी सेवा लई तैयार करन विच उत्साह दसदे रहिंदे सन। यही कारण सी कि सिख नौजवानां दे फौज विच भर्ती हुंदियां बहुत थोड़ी सिखलाई नाल चंद दिनां दे अंदर अंदर ही ओह मैदान जंगां विच पुराने सिपाहियां दे नाल इक्को जिहा काम कर सकदे सन। अर्थात खालसा फौजां लई घरों सिखे सिखाए जवान बड़ी भारी गिनती विच हर वक्त मिल सकदे सन। उपरोक्त मर्यादा अनुसार संमत 1862 बिक्रमी दा बसंती दरबार जद लाहौर विच लगा तां दस्या जांदा है कि इस विच नौजवानां दा बहुत वड्डा इकट्ठ होया सी। इस समय जिहड़े नौनिहाल अपने कमाल दसन लई मैदान विच निकले उन्हां विचों एक अलौकिक डील डोल वाला नौजवान पिड़ विच आया जिस दे सिपाहीगरी दे हुनर हैरानी विच पा रहे सन। जिस दी चाबक सवारी इस दी शमशेर जनी इस दी फुरती ते सुगड़ता अद्भुत सी। सब तो वध इस योधे दे चेहरे दा जमाल कुछ ऐसा प्रभावशाली सी कि झल्लिया नहीं सी जांदा। शेरे पंजाब इस दे गुण देख के इस ते मोहित हो गया। जद यह नौजवान अपने जंगी करतब दिखा चुका तो महाराजा साहिब ने इसनों अपने सामने बुलवाया अते परे दरबार विच बहुमुला कंठा अपने हाथ नाल इस दे गल विच पा दिता। जद इस दे घराने की पुछगिछ की तो सरकार नूं दस्या गया कि यह नौजवान सरदार गुरदयाल सिंह सुकर चक्किया मिसल दे कुमेदान दा सपुत्र है अते इस दा नाम हरी सिंह है। इस दे सुनन नाल शेरे पंजाब नूं बड़ी खुशी होई। इस दे नाल ही जद सरकार नूं यह मालूम होया कि यह उच्च गुण इस नौनिहाल ने बिना किसी की सहायता दे अपने आप प्राप्त किए हैं तद तो उन्हां दी प्रसन्नता की कोई हद ही ना रही अते उसे वक्त उसनू अपना हजूरी खिदमतगार दा अहुदा बख्शिया। शेर मारना। इस तरह खालसा दरबार विच सरदार हरी सिंह दे कुछ महीने ही बीते सन कि एक दिन महाराजा साहिब दे नाल आप बेले विच शिकार लई गए। अजे एक शिकारगाह विच वड़े ही सन कि सरदार हरी सिंह दे सामने एक बड़ा आदम खाना शेर उठिया ते बड़ी तेजी नाल छलांग मार के सरदार जी नाल लपक गया ते अपना पूरा बल ला के सरदार जी नूं हेठा गिराउण दा यतन करन लगा। यह हल्ला शेर ने इतनी तेजी नाल इक्का इक्का कीता सी के सरदार हरी सिंह जी नूं म्यान विच्चों कृपान कढ़न दा समा भी ना मिल सकिया। पर आप जी ने अपने बहादुर दिल नूं इन्ना दृढ़ कीता कि अपने दोवां हत्थां नाल शेर दा जबाड़ा फड़ लिया ते उसनू ऐसे जोर दी पुवाटी दित्ती जिस नाल शेर दा दम बंद हो गया ते पल ही पल विच ओह जमीन ते टै पिया। सरदार जी ने इस समय नू बहुमुला समझ के अख दे फुरकार विच म्यान तो तलवार कढ के शेर दी गर्दन पर ऐसा जोरदार वार किया कि शेर दा सिर गर्दन नालों अड हो गया ते ओह उत्थे ही ठंडा हो गया। जिस वक्त यह आश्चर्य घटना पेश आई उस वक्त महाराजा साहिब कुछ फासले पर सन। आप जी छेती नाल घोड़ा उड़ा के सरदार जी की मदद लई पहुँच गए ते सरदार जी नू हल्ला शेरी दित्ती कि सावधान रहना असी पहुँच गए हाँ। पर महाराजा साहिब की हैरानगी की कोई हद ना रही जद हरी सिंह ने बड़े ठंडे दिल नाल अगों आख्या कि सरकार हजूर दे इकबाल नाल शेर अपना दम तोड़ चुका है। इस समय महाराजा साहिब नाल पंडित बिहारी दरबारी चित्रकार भी मौजूद सी जिसनों शेरे पंजाब ने हुक्म दिता कि ठीक इसे हालत विच सरदार हरी सिंह दी शेर नाल लड़ाई दी तस्वीर तैयार की जाए। बिहारी ने उसे वक्त हुक्म दी पालना की। चित्र तैयार किया गया जिस दे दो उतारे सरदार हरी सिंह नूं भी महाराजा साहिब ने दिते। इन्हां विच्चों एक चित्र सरदार हरी सिंह ने 8 जनवरी सन 1821 ईस्वी नूं जगत प्रसिद्ध यात्रू सैलानी बैरन हूगल नूं दिता जिसनूं देख के ओह बड़ा ही प्रसन्न होया। यह यात्रू अपने उस तारीख दे रोज़नामचे विच लिखदा है कि मैनू जद सरदार हरी सिंह दे नाम नाल नलुआ दी वजह त
ਤਸਮੀਆਂ ਦੱਸਿਆ ਅਤੇ ਸਰਦਾਰ ਦੇ ਚੀਤੇ ਦਾ ਸਿਰ ਤਲਵਾਰ ਦੇ ਇੱਕੋ ਝਟਕੇ ਨਾਲ ਵੱਖ ਕਰ ਦੇਣ ਦਾ ਹਾਲ ਦੱਸਿਆ ਤਾਂ ਸਰਦਾਰ ਹਰੀ ਸਿੰਘ ਮੇਰੀ ਮਾਲੂਮਾਤ ਨੂੰ ਸੁਣ ਕੇ ਹੈਰਾਨ ਜਿਹਾ ਹੋ ਗਿਆ। ਇਸ ਸਮੇਂ ਮੈਨੂੰ ਸਰਦਾਰ ਜੀ ਨੇ ਆਪਣੀ ਸ਼ੇਰ ਨਾਲ ਲੜਾਈ ਵਾਲੀ ਇੱਕ ਮੂਰਤ ਦਿੱਤੀ, ਸਰਦਾਰੀ ਮਿਲਣੀ। ਸ਼ੇਰੇ ਪੰਜਾਬ ਜਿਸ ਦੇ ਦਿਲ ਵਿੱਚ ਬਹਾਦਰ ਅਤੇ ਜਵਾਨ ਮਰਦਾਂ ਲਈ ਅਥਾਹ ਪਿਆਰ ਸੀ, ਸਰਦਾਰ ਹਰੀ ਸਿੰਘ ਦੇ ਜੰਗੀ ਕਰਤੱਵ ਅਤੇ ਕਮਾਲ ਤਾਂ ਉਹ ਪਹਿਲਾਂ ਹੀ ਦੇਖ ਚੁੱਕਾ ਸੀ ਅਤੇ ਉਸਦਾ ਸ਼ੇਰ ਨਾਲ ਇਸ ਤਰ੍ਹਾਂ ਨਿਧੜਕ ਹੋ ਕੇ ਲੜਨਾ ਆਪਣੀ ਅੱਖੀਂ ਦੇਖ ਕੇ ਦਿਲ ਇੰਨਾ ਗਦਗਦ ਹੋਇਆ ਕਿ ਅਗਲੇ ਦਿਨ ਹੀ ਭਰੇ ਦਰਬਾਰ ਵਿੱਚ ਸਰਦਾਰ ਜੀ ਨੂੰ ਸ਼ੇਰ ਦਿਲ ਨਾਮੀ ਰਜਮੈਂਟ ਦਾ ਸਰਦਾਰ ਆਹਲਾ ਮੁਕਰਰ ਕਰ ਦਿੱਤਾ। ਇਸ ਬਾਰੇ ਦੀਵਾਨ ਅਬਰਨਾਥੀ ਆਪਣੀ ਲਿਖਤ ਜ਼ਫਰਨਾਮਾ ਰਣਜੀਤ ਸਿੰਘ ਵਿੱਚ ਇਉਂ ਲਿਖਦਾ ਹੈ ਕਿ ਹਰੀ ਸਿੰਘ ਤੋਂ ਖਿਦਮਤਗਾਰੀ ਦਾ ਅਹੁਦਾ ਛੁਡਾ ਕੇ ਸਰਦਾਰੀ ਦਾ ਮਰਤਬਾ ਬਖਸ਼ ਦਿੱਤਾ ਅਤੇ 800 ਸਵਾਰ ਅਤੇ ਪੈਦਲ ਦਾ ਅਫਸਰ ਥਾਪ ਕੇ ਇੱਜ਼ਤ ਅਫਜ਼ਾਈ ਕੀਤੀ। ਇੱਥੋਂ ਸਰਦਾਰ ਹਰੀ ਸਿੰਘ ਦਾ ਫੌਜੀ ਜੀਵਨ ਆਰੰਭ ਹੁੰਦਾ ਹੈ। ਉਹ ਆਪਣੀ ਬੇਮਿਸਾਲ ਯੋਗਤਾ ਅਤੇ ਅਦੁੱਤੀ ਗੁਣਾਂ ਦੇ ਕਾਰਨ ਨਾ ਕੇਵਲ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ ਦੇ ਮਹਾਨ ਉੱਚੇ ਅਹੁਦੇ ਪਰ ਪਹੁੰਚੇ, ਬਲਕਿ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦੇ ਕਾਮਯਾਬ ਗਵਰਨਰ ਵੀ ਬਣੇ, ਜਿੱਥੇ ਕਿ ਆਪ ਦੇ ਨਾਮ ਦਾ ਸਿੱਕਾ ਚੱਲਿਆ। ਸਰਦਾਰ ਹਰੀ ਸਿੰਘ ਦਾ ਪਹਿਲਾ ਸੰਗਰਾਮ ਅਤੇ ਕਸੂਰ ਦੀ ਫਤਿਹ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੰਨ 1807 ਈਸਵੀ ਦੇ ਆਰੰਭ ਵਿੱਚ ਜਦ ਕਾਂਗੜੇ ਦੇ ਇਲਾਕੇ ਦੇ ਦੌਰੇ ਤੋਂ ਪਰਤ ਕੇ ਅਜੇ ਲਾਹੌਰ ਪਹੁੰਚੇ ਹੀ ਸਨ ਤਾਂ ਪਤਾ ਲੱਗਾ ਕਿ ਨਵਾਬ ਕੁਤਬਦੀਨ ਖਾਨ ਕਸੂਰੀਆ ਬੜੀਆਂ ਭਾਰੀਆਂ ਜੰਗੀ ਤਿਆਰੀਆਂ ਕਰ ਰਿਹਾ ਹੈ ਅਤੇ ਉਸਨੇ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨੂੰ ਵੀ ਆਪਣੇ ਨਾਲ ਮਿਲਾ ਕੇ ਅੰਦਰੋਂ ਅੰਦਰ ਲਿਖਤ ਪਰਤ ਕਰ ਲਈ ਹੈ ਕਿ ਐਤਕੀ ਦੋਹਾਂ ਇਸਲਾਮੀ ਤਾਕਤਾਂ ਵੱਲੋਂ ਇੱਕਮੁੱਠ ਹੋ ਕੇ ਖਾਲਸਾ ਰਾਜ ਦੇ ਵਿਰੁੱਧ ਐਸਾ ਜਹਾਦੀ ਜੰਗ ਕੀਤਾ ਜਾਏ ਕਿ ਅੱਗੇ ਨੂੰ ਸਦਾ ਲਈ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏ। ਪਰ ਚੋਲ ਕਰਨ ਨਾਲ ਉਪਰੋਂਕਤ ਗੋਂਦ ਦੀ ਪੂਰੀ ਤਸਦੀਕ ਹੋ ਗਈ। ਨਾਲ ਹੀ ਇਹ ਵੀ ਮਾਲੂਮ ਹੋ ਗਿਆ ਕਿ ਐਤਕੀ ਨਾ ਕੇਵਲ ਇਹਨਾਂ ਨੇ ਆਪਣੀਆਂ ਕਲਮੀ ਫੌਜਾਂ ਨੂੰ ਹੀ ਲੜਾਈ ਲਈ ਤਿਆਰ ਕੀਤਾ ਸੀ, ਸਗੋਂ ਕਈ ਜੋਸ਼ੀਲੇ ਮੌਲਵੀਆਂ ਅਤੇ ਵਾਜ਼ਾਂ ਨੂੰ ਵੀ ਦੂਰ ਦੂਰ ਤੱਕ ਭੇਜ ਕੇ ਖਾਲਸੇ ਦੇ ਉਲਟ ਇਸਲਾਮੀਆਂ ਵਿੱਚ ਭਾਰੀ ਜੋਸ਼ ਭਰ ਦਿੱਤਾ ਸੀ। ਇਸ ਸਮੇਂ ਸ਼ੇਰੇ ਪੰਜਾਬ ਨੇ ਆਪਣੇ ਸਾਰੇ ਨਾਮੀ ਸਰਦਾਰਾਂ ਨੂੰ ਇਕੱਠਾ ਕਰਕੇ ਇਸ ਜੰਗ ਸੰਬੰਧੀ ਹਰ ਪਹਿਲੂ 'ਤੇ ਵਿਚਾਰ ਕੀਤੀ। ਇਹ ਵਿਚਾਰ ਅਜੇ ਹੋ ਹੀ ਰਹੀ ਸੀ ਕਿ ਉੱਪਰੋਂ ਖਬਰ ਨਵੀਸ ਵੱਲੋਂ ਖਲੀਤਾ ਪਹੁੰਚਿਆ ਕਿ ਨਵਾਬ ਕਸੂਰ ਆਪਣੇ ਇਲਾਕੇ ਦੇ ਸਿੱਖਾਂ ਅਤੇ ਹਿੰਦੂਆਂ ਤੋਂ ਬੜੀ ਤੱਦੀ ਨਾਲ ਜਹਾਦੀ ਲੜਾਈ ਲਈ ਰਸਦ ਰਸਾਨੀ ਅਤੇ ਧਨ ਇਕੱਠਾ ਕਰ ਰਿਹਾ ਹੈ ਅਤੇ ਜਿਹੜਾ ਕੋਈ ਇਸ ਹੁਕਮ ਦੀ ਪਾਲਣਾ ਕਰਨ ਵਿੱਚ ਜ਼ਰਾ ਵੀ ਸੰਕੋਚ ਕਰਦਾ ਹੈ ਉਸਦਾ ਘਰ ਬਾਰ ਲੁੱਟ ਲਿਆ ਜਾਂਦਾ ਹੈ। ਇਹ ਸਭ ਕੁਝ ਵਿਚਾਰ ਕੇ ਮਹਾਰਾਜਾ ਸਾਹਿਬ ਨੇ ਯੋਗ ਸਮਝਿਆ ਕਿ ਜੰਗ ਦੇ ਆਰੰਭ ਹੋਣ ਤੋਂ ਪਹਿਲਾਂ ਆਪਣਾ ਐਲਚੀ ਭੇਜ ਕੇ ਉਸਨੂੰ ਸਮਝਾਇਆ ਜਾਏ ਕਿ ਲੜਾਈ ਵਿੱਚ ਬਿਨਾਂ ਇਸ ਦੇ ਕਿ ਸੈਂਕੜੇ ਰੱਬ ਦੇ ਬੰਦਿਆਂ ਦਾ ਖੂਨ ਖਰਾਬਾ ਹੋਵੇ ਉਸ ਲਈ ਕੁਝ ਵੀ ਲਾਭ ਨਹੀਂ ਹੈ। ਇਸ ਕੰਮ ਲਈ ਸਰਦਾਰ ਫਤਿਹ ਸਿੰਘ ਕਾਲਿਆਂ ਵਾਲਾ ਅਤੇ ਫਕੀਰ ਅਜ਼ੀਜ਼ ਦੀਨ ਤੋਂ ਵੱਧ ਯੋਗ ਹੋਰ ਕਿਹੜਾ ਹੋਣਾ ਸੀ। ਸੋ ਸਰਦਾਰ ਸਾਹਿਬ ਅਤੇ ਫਕੀਰ ਜੀ ਨੂੰ ਸਣੇ ਉਹਨਾਂ ਦੇ ਲੋੜਵੰਦ ਸਾਥੀਆਂ ਦੇ ਕਸੂਰ ਭੇਜਿਆ ਗਿਆ। ਇੱਕ ਜ਼ਰੂਰੀ ਫੁੱਟਨੋਟ, ਸਰਦਾਰ ਫਤਿਹ ਸਿੰਘ ਕਾਲਿਆਂ ਵਾਲਾ ਆਪਣੇ ਸਮੇਂ ਦਾ ਸਿਰ ਕੱਢਵਾਂ ਬਹਾਦਰ ਅਤੇ ਸਿਆਣਾ ਯੋਧਾ ਮੰਨਿਆ ਜਾਂਦਾ ਸੀ। ਇਹ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਚੜ੍ਹਦੀ ਜਵਾਨੀ ਦੇ ਸਮੇਂ ਤੋਂ ਹੀ ਸ਼੍ਰੀ ਹਜ਼ੂਰ ਨਾਲ ਸਣੇ ਆਪਣੇ ਸਵਾਰਾਂ ਦੇ ਮਿਲ ਗਿਆ ਸੀ। ਆਪਣੀ ਜਾਨ ਨਿਸਾਰੀ ਨਿਰਭੈਤਾ ਅਤੇ ਸਿਆਣਪ ਦੇ ਕਾਰਨ ਮਹਾਰਾਜਾ ਸਾਹਿਬ ਦੇ ਹਿਰਦੇ ਵਿੱਚ ਆਪ ਨੇ ਡੂੰਘੀ ਥਾਂ ਮੰਨ ਲਈ। ਸ਼ੇਰੇ ਪੰਜਾਬ ਨੇ ਖਾਲਸਾ ਰਾਜ ਦੀ ਕਾਇਮੀ ਨਾਲ ਸੰਨ 1798 ਤੋਂ ਲੈ ਕੇ 1807 ਤੱਕ ਜਿੰਨੀਆਂ ਮੁਹਿੰਮਾਂ ਕੀਤੀਆਂ ਸਨ ਉਹਨਾਂ ਸਾਰਿਆਂ ਵਿੱਚ ਸਰਦਾਰ ਫਤਿਹ ਸਿੰਘ ਨੇ ਸਭ ਤੋਂ ਵੱਧ ਚੜ੍ਹ ਕੇ ਘਾਲਾਂ ਘਾਲੀਆਂ ਸਨ। ਮਹਾਰਾਜਾ ਸਾਹਿਬ ਨੇ ਜਦ ਲਾਹੌਰ ਨੂੰ ਫਤਿਹ ਕਰਨ ਲਈ ਸੰਨ 1799 ਵਿੱਚ ਚੜ੍ਹਾਈ ਕੀਤੀ ਤਾਂ ਉਸ ਸਮੇਂ ਸਰਦਾਰ ਫਤਿਹ ਸਿੰਘ ਕਾਲਿਆਂ ਵਾਲਾ ਮਹਾਰਾਜੇ ਦੇ ਨਾਲ ਸਭ ਤੋਂ ਪਹਿਲਾਂ ਲਾਹੌਰੀ ਦਰਵਾਜ਼ੇ ਵੱਲੋਂ ਬੱਬਰ ਸ਼ੇਰ ਦੀ ਤਰ੍ਹਾਂ ਗੱਜਦਾ ਹੋਇਆ ਸ਼ਹਿਰ ਵਿੱਚ ਢਹਿ ਵੜਿਆ ਸੀ। ਇਸੇ ਤਰ੍ਹਾਂ 1802 ਈਸਵੀ ਵਿੱਚ ਸ਼੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਉਣ ਸਮੇਂ ਆਪ ਜੀ ਨੇ ਬਹੁਤ ਬੜੀ ਸਿਆਣਪ ਤੋਂ ਕੰਮ ਲਿਆ ਸੀ। ਝੰਗ ਅਤੇ ਪਿੰਡੀ ਭੱਟੀਆਂ ਨੂੰ ਫਤਿਹ ਕਰਨ ਸਮੇਂ ਆਪ ਜੀ ਨੇ ਬੜੀ ਵੀਰਤਾ ਦੱਸੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਸੰਨ 1805 ਈਸਵੀ ਦੇ ਛੇਕੜਲੇ ਦਿਨ ਬੜੇ ਨਾਜ਼ਕ ਗਿਣੇ ਜਾਂਦੇ ਹਨ, ਜਦ ਜਸਵੰਤ ਰਾਏ ਹਲਕਰ ਵਾਲੀਏ ਇੰਦੌਰ ਅੰਗਰੇਜ਼ੀ ਜਨਰਲ ਲਾਰਡ ਲੋਕ ਤੋਂ
ਭਾਂਜ ਖਾ ਕੇ ਅੰਮ੍ਰਿਤਸਰ ਆ ਵੜਿਆ ਅਤੇ ਮਹਾਰਾਜਾ ਸਾਹਿਬ ਨੂੰ ਅੰਗਰੇਜ਼ਾਂ ਨਾਲ ਲੜਨ ਲਈ ਬੜੀ ਉਕਸਾਹਟ ਦਿੱਤੀ ਸੀ। ਉਸ ਸਮੇਂ ਇਸੇ ਸਰਦਾਰ ਫਤਿਹ ਸਿੰਘ ਦਾ ਕੰਮ ਸੀ ਕਿ ਆਪ ਨੇ ਇਸ ਉਲਝਣ ਨੂੰ ਬੜੀ ਯੋਗਤਾ ਨਾਲ ਨਿਭਾਇਆ ਸੀ, ਅਰਥਾਤ ਅੰਗਰੇਜ਼ਾਂ ਨਾਲ ਬਿਨਾਂ ਵਜ੍ਹਾ ਲੜਨ ਦੀ ਥਾਂ ਸੁਲਾਹ ਦਾ ਐਸਾ ਰਸਤਾ ਲੱਭ ਲਿਆ ਜਿਸ ਨਾਲ ਅੰਗਰੇਜ਼ਾਂ ਅਤੇ ਜਸਵਤ ਰਾਏ ਦਾ ਬਾਇੱਜ਼ਤ ਸਮਝੌਤਾ ਕਰਵਾ ਦਿੱਤਾ। ਛੇਕੜ ਸੰਨ 1807 ਈਸਵੀ ਵਿੱਚ ਸਰਦਾਰ ਫਤਿਹ ਸਿੰਘ ਨੇ ਖਾਲਸਾ ਰਾਜ ਲਈ ਕਿਲ੍ਹਾ ਨਰੈਣਗੜ੍ਹ ਨੂੰ ਫਤਿਹ ਕਰਦੇ ਹੋਏ ਆਪਣਾ ਆਪ ਵਾਰ ਦਿੱਤਾ। ਫੁੱਟਨੋਟ ਸਮਾਪਤ। ਇਹਨਾਂ ਦੇ ਉੱਥੇ ਪਹੁੰਚ ਕੇ ਨਵਾਬ ਕੁਤਬਦੀਨ ਨੂੰ ਬੜੀਆਂ ਉਕਤੀਆਂ ਯੁਕਤੀਆਂ ਅਤੇ ਮਿੱਠੇ ਬਚਨਾਂ ਨਾਲ ਸਮਝਾਉਣਾ ਚਾਹਿਆ ਕਿ ਮਹਾਰਾਜਾ ਸਾਹਿਬ ਨਾਲ ਲੜਾਈ ਲੜਨ ਵਿੱਚ ਨਵਾਬ ਲਈ ਭਾਰੀ ਘਾਟੇਬੰਦਾ ਕੰਮ ਹੈ। ਇਸ ਤਰ੍ਹਾਂ ਕਰਨ ਨਾਲ ਜਿੱਥੇ ਉਹ ਹਜ਼ਾਰਾਂ ਮਨੁੱਖਾਂ ਦੇ ਖੂਨ ਦਾ ਖੁਨਾਮੀ ਬਣੇਗਾ, ਉੱਥੇ ਹੋ ਸਕਦਾ ਹੈ ਕਿ ਨਾਲ ਹੀ ਉਹ ਸਦਾ ਲਈ ਆਪਣੀ ਰਿਆਸਤ ਵੀ ਖੁਆ ਬਹੇ। ਪਰ ਸ਼ੌਕ ਬਜਾਏ ਇਸ ਦੇ ਕਿ ਨਵਾਬ ਕਸੂਰ ਇਹਨਾਂ ਦੀ ਨੇਕ ਰਾਏ ਦਾ ਧੰਨਵਾਦੀ ਹੁੰਦਾ ਅਤੇ ਮਹਾਰਾਜਾ ਸਾਹਿਬ ਲਈ ਉਸ ਦੇ ਦਿਲ ਵਿੱਚ ਵਧੇਰਾ ਸਤਿਕਾਰ ਪੈਦਾ ਹੁੰਦਾ, ਭਾਗਾ ਨਵਾਬ ਉਲਟਾ ਫਕੀਰ ਜੀ ਨਾਲ ਬਦਸਲੂਕੀ ਅਤੇ ਕੁਬਚਨਾ 'ਤੇ ਉਤਰ ਆਇਆ। ਹੁਣ ਸਰਦਾਰ ਫਤਿਹ ਸਿੰਘ ਅਤੇ ਫਕੀਰ ਸਾਹਿਬ ਨਵਾਬ ਦੇ ਸਿਰ ਮਦਭਾਗਤਾ ਦਾ ਦੂਤ ਕੁੱਦਦਾ ਦੇਖ ਕੇ ਮਹਾਰਾਜਾ ਸਾਹਿਬ ਕੋਲ ਪਰਤ ਆਏ ਅਤੇ ਸਾਰਾ ਹਾਲ ਸ਼ੇਰੇ ਪੰਜਾਬ ਨੂੰ ਆ ਦੱਸਿਆ। ਫਕੀਰ ਜੀ ਨਾਲ ਨਵਾਬ ਕਸੂਰ ਦੇ ਅਯੋਗ ਵਰਤਾਓ ਦਾ ਹਾਲ ਸੁਣ ਕੇ ਸਰਕਾਰ ਦੀ ਅਣਖ ਨੇ ਇੱਕ ਹੁਲਾਰਾ ਖਾਧਾ ਅਤੇ ਉਸੇ ਦਿਨ ਖਾਲਸਾ ਫੌਜਾਂ ਨੂੰ ਹਰ ਪਾਸੇ ਤੋਂ ਕਸੂਰ ਵੱਲ ਕੂਚ ਕਰਨ ਦੇ ਫੁਰਮਾਨ ਜਾਰੀ ਕਰ ਦਿੱਤੇ। ਜਿੱਥੇ ਜਿੱਥੇ ਇਹ ਹੁਕਮਨਾਮੇ ਪਹੁੰਚੇ ਉੱਥੇ ਉੱਥੇ ਦੀਆਂ ਫੌਜਾਂ ਬੜੀ ਤੇਜ਼ੀ ਨਾਲ ਮੈਦਾਨੇ ਜੰਗ ਵੱਲ ਤੁਰ ਪਈਆਂ। ਹੁਣ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਹੀ 10,000 ਨਾਮੀ ਫੌਜ, 6 ਵੱਡੀਆਂ ਤੋਪਾਂ, 12 ਸ਼ੂਤਰੀ ਜੰਬੂਰ ਅਤੇ ਹੋਰ ਜ਼ਰੂਰੀ ਸਮਾਨ ਦੇ ਨੁਸ਼ਹਿਰਾ ਨਾਮੀ ਪਿੰਡ ਜੋ ਕਸੂਰ ਤੋਂ 10 ਕੋਹ ਦੀ ਵਾਟ 'ਤੇ ਸੀ ਜਾਂ ਡੇਰੇ ਲਾਏ। ਇਸ ਸਮੇਂ ਸ਼ੇਰ ਦਿਲ ਰੈਜੀਮੈਂਟ ਸਣੇ ਨੌਜਵਾਨ ਹਰੀ ਸਿੰਘ ਦੇ ਉਪਰੋਂਕਤ ਫੌਜ ਨਾਲ ਆ ਮਿਲੀ। ਹੁਣ ਸ਼ੇਰੇ ਪੰਜਾਬ ਖੁਦ ਸਣੇ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਜੋਧ ਸਿੰਘ ਰਾਮਗੜੀਆ, ਬਾਬਾ ਫੁੱਲਾ ਸਿੰਘ ਅਕਾਲੀ, ਸਰਦਾਰ ਫਤਿਹ ਸਿੰਘ ਕਾਲਿਆਂ ਵਾਲਾ ਅਤੇ ਸਰਦਾਰ ਫਤਿਹ ਸਿੰਘ ਆਲੂਵਾਲੀਆ ਆਦਿ ਦੇ ਨਾਲ ਮੈਦਾਨ ਜੰਗ ਵੱਲ ਵਧਿਆ। ਨੁਸ਼ਹਿਰੇ ਪਿੰਡ ਵਿੱਚ ਜਦ ਸਾਰਾ ਜੰਗੀ ਪ੍ਰਬੰਧ ਠੀਕ ਠਾਕ ਹੋ ਗਿਆ ਤਾਂ 10 ਫਰਵਰੀ ਸੰਨ 1807 ਦੀ ਸਵੇਰ ਨੂੰ ਅਰਦਾਸ ਸੋਧ ਕੇ ਕਸੂਰ ਦੇ ਬਾਹਰਲਿਆਂ ਮੋਰਚਿਆਂ 'ਤੇ ਹੱਲਾ ਬੋਲ ਦਿੱਤਾ ਗਿਆ। ਇੱਕ ਜ਼ਰੂਰੀ ਫੁੱਟਨੋਟ। ਸਰਦਾਰ ਜੋਧ ਸਿੰਘ ਰਾਮਗੜੀਆ ਉਸ ਬਹਾਦਰ ਅਤੇ ਧਰਮੀ ਪਿਤਾ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਵੀਰ ਸਪੁੱਤਰ ਸੀ ਜਿਸ ਦੇ ਨਾਮ ਪਰ ਸਾਰਾ ਪੰਥ ਸਦਾ ਮਾਣ ਕਰਦਾ ਰਹੇਗਾ। ਜਿੱਥੇ ਆਪ ਧਾਰਮਿਕ ਜੀਵਨ ਵਿੱਚ ਆਪਣਾ ਨਮੂਨਾ ਆਪ ਸਨ, ਉੱਥੇ ਉਹ ਸੂਰਮਤਾਈ ਲਈ ਵੀ ਇੱਕੋ ਗਿਣੇ ਜਾਂਦੇ ਸਨ। ਆਪ ਦੀ ਵੀਰਤਾ ਦੀ ਧਾਕ ਨਾ ਕੇਵਲ ਪੰਜਾਬ ਦੀਆਂ ਹੱਦਾਂ ਵਿੱਚ ਮੰਨੀ ਜਾਂਦੀ ਸਗੋਂ ਆਪ ਦੇ ਤੇਜ਼ ਪ੍ਰਤਾਪ ਤੋਂ ਦਿੱਲੀ ਦੀ ਹਕੂਮਤ ਵੀ ਬਰਾਬਰ ਕੰਬਦੀ ਸੀ। ਸੰਨ 1782 ਵਿੱਚ ਆਪ ਨੇ ਬਹਾਦਰ ਖਾਲਸਾ ਦਲ ਨਾਲ ਦਿੱਲੀ ਪਰ ਐਸਾ ਸ਼ੇਰਵਾਈ ਹੱਲਾ ਕੀਤਾ ਕਿ ਬਾਵਜੂਦ ਅੱਗੇ ਕਰੜੇ ਟਾਕਰੇ ਦੇ ਇਹ ਸਭ ਨੂੰ ਪੈਰਾਂ ਬੱਲੇ ਲਿਤਾੜਦਾ ਹੋਇਆ ਸਿੱਧਾ ਮੁਗਲਾਂ ਦੇ ਮਹੱਲੇ ਜਾ ਵੜਿਆ ਅਤੇ ਆਪਣੀ ਵਿਜਈ ਫੌਜ ਲਈ ਕੀਮਤੀ ਹਥਿਆਰ ਅਤੇ ਤੇਜ਼ ਰਫ਼ਤਾਰ ਘੋੜੇ ਆਪਣੇ ਕਬਜ਼ੇ ਵਿੱਚ ਕਰਕੇ ਮੁੜ ਸਰਸੇ ਵਿੱਚ ਆ ਗਿਆ। ਇਸ ਸਮੇਂ ਇਸਨੇ 4 ਤੋਪਾਂ ਵੀ ਮੁਗਲਾਂ ਦੀ ਫੌਜ ਤੋਂ ਖੋਹ ਲਈਆਂ, ਜਿਹੜੀਆਂ ਖਾਲਸੇ ਦੇ ਜੰਗਾਂ ਵਿੱਚ ਬੜੀਆਂ ਲਾਭਦਾਇਕ ਸਾਬਤ ਹੋਈਆਂ। ਦੂਜੀ ਵਾਰ ਨਵਾਬ ਮੇਰਠ ਨੂੰ ਜਾ ਘੇਰਿਆ ਅਤੇ ਉਸ ਤੋਂ 1,000 ਰੁਪਇਆ ਸਾਲਾਨਾ ਬਾਜ਼ਗੁਜ਼ਾਰੀ ਲਿਖਾ ਕੇ ਮੁੜ ਕਿਤੇ ਉਸ ਦੀ ਜਾਨ ਬਖਸ਼ੀ ਕੀਤੀ। ਜਿੱਥੇ ਆਪ ਨਿਰਭੈਤਾ ਲਈ ਬੇਮਿਸਾਲ ਮੰਨੇ ਜਾਂਦੇ ਹਨ, ਉੱਥੇ ਆਪ ਜੀ ਤਰਸ ਅਤੇ ਉਦਾਰਤਾ ਲਈ ਵੀ ਬੜੀ ਪ੍ਰਸਿੱਧਤਾ ਰੱਖਦੇ ਹਨ। 1780 ਦੀ ਗੱਲ ਹੈ ਕਿ ਆਪ ਦੇ ਸਾਹਮਣੇ ਇੱਕ ਅਤਿਥੀ ਬ੍ਰਾਹਮਣ ਆਇਆ ਅਤੇ ਫੁੱਟ ਫੁੱਟ ਕੇ ਰੋਂਦੇ ਹੋਏ ਨੇ ਦੱਸਿਆ ਕਿ ਨਾਜ਼ਮ ਹਿਸਾਰ ਨੇ ਉਸ ਦੀਆਂ 2 ਧੀਆਂ ਖੋਹ ਕੇ ਆਪਣੇ ਘਰ ਪਾ ਲਈਆਂ ਹਨ, ਆਪ ਆਪਣੇ ਸਤਿਗੁਰ ਦੇ ਵਾਸਤੇ ਮੇਰੀ ਬਹੁੜੀ ਕਰੋ। ਕਿਹਾ ਜਾਂਦਾ ਹੈ ਕਿ ਬ੍ਰਾਹਮਣ ਦੇ ਕੀਰਨਿਆਂ ਨਾਲ ਆਪ ਜੀ ਦਾ ਮਨ ਐਸਾ ਪ੍ਰਭਾਵਿਤ ਹੋਇਆ ਕਿ ਆਪ ਨੇ ਖਾਲਸਾ ਦਲ ਨੂੰ ਮੁਖਾਤਬ ਕਰਕੇ ਆਖਿਆ ਕਿ ਖਾਲਸਾ ਜੀ, ਆਪਾਂ ਸੁੱਖ ਦੀ ਨੀਂਦ ਤਦ ਸਵਾਂਗੇ ਜਦ ਇਸ ਦੁਖੀ ਬ੍ਰਾਹਮਣ ਦੇ ਹਿਰਦੇ ਵਿੱਚ ਠੰਡ ਵਰਤਾ ਲਵਾਂਗੇ। ਸਰਬੱਤ ਖਾਲਸੇ ਨੇ 7 ਬਚਨ ਕਿਹਾ ਅਤੇ ਉਸੇ ਵਕਤ ਚੜ੍ਹਾਈ ਕਰ ਦਿੱਤੀ ਗਈ। ਵਿਭਚਾਰੀਆਂ ਨੇ ਧਰਮੀਆਂ ਅੱਗੇ ਕਦ ਠਹਿਰਨਾ ਸੀ।
अजे खालसे नू लालियां चढ़िया ही सन कि नाजम दे पैर डगमगा गए। नसे जांदे नू फड़ लिया गया। ओह सजा दिती जेड़ी कि ऐसे हत्यारियां लई सोभदी सी। इस दा मुहल्ला फूकिया गया ते किला लुटिया गया ते दोवां अबला बच्चियां नू जालमा तो छुड़ा के तड़प रहे ब्राह्मण दा हिरदा ठंडा कीता ते लड़कियां ओदे हवाले कीतियां। आप दे कारनामे बड़े लंबे हन, इना दे लिखन लई इत्थे गुंजाइश नहीं। बहादुर सरदार जोध सिंह ऐसे वीर पिता दा सपुत्तर सी। शेरे पंजाब आप दी मित्रता पर सदा माण करदे हुंदे सन। अगों सरदार जोध सिंह नू अपनी सरकार नाल इन्नी दिली प्रीत सी कि एक दूजे दे डिठे बिना रह नहीं सन सकते। कसूर दी इस कौमी चढ़ाई समय सरदार जोध सिंह अपने 2000 सवारां नाल महाराजे दे नाल सी, जिन्हां ने कसूर की फतेह विच भारियां कुरबानियां कीतियां। इस तरह सन 1817 तीक जदकि आप संसार तो चढ़ाई कर गए, सदा खालसा राज दे वादे लई सिर तली रख के सेवा करते रहे। फुटनोट समाप्त हुंदा है। अगों बहादुर नवाब कुतुबद्दीन खान ने जद खालसा फौज नूं अगे वाधा डिठा तां उह बड़े जोश विच 25,000 फौज ते बेगिणत मुलखइए लश्कर नाल इन्हां नूं रोकण लई मैदान विच डट गया। इधर खालसे दा जोश भी असगा सागर वांग ठाठा मार रहा सी। उधर जहाद दे वलवले गाजियां नूं मतवाला कर रहे सन। हुण दोवां धिरां दे योधियां दी आपो अपने वैरियां ते निगाह पई तां बस फिर की सी, सबे आपे तो बाहर हो गए अते लगा लोहे नाल लोहा खड़कन। हर एक सूरमा अपनी सूरमताई दे जोहर दसन दी धुन विच एक दूजे तो अगे वध रहा सी। इस तरह इस धुआं धार संग्राम विच सवेर तो लैके लोडे पहर तीक एक रस कटा वढ हुंदी रही। कदी नवाब दी फौज अगे वध आउंदी, कदे खालसा दल वैरी नूं पिछा दब लै जांदा। गर्ज की सारा दिन खटाखट तलवार चलदी रही। इस समय महाराजा साहिब दे तोपखानियां ने बड़ी योग्यता नाल नवाब दे दमदमियां ते गोलबारी कीती। अगों कसूरी भी तोपखाने दा जवाब तोपां नाल वध चढ़ के देंदे रहे। सारा दिन शेरे पंजाब खुद मैदाने जंग विच मौजूद रहे अते अपनियां फौजां दा दिल वधाउंदे रहे। छेकड़ दिन दे ढलदियां ही गाजियां दे दिल ढल गए, अर्थात नवाब दियां फौजां ने मैदानी मोर्चियां विच खालसा फौज दे धावे दा जोर ना झलदियां होइआं इत्थों बड़ी बेतरतीबी नाल नठ के कसूर दे मजबूत किले विच पहुँच के नवें मोर्चे जा मिले। खालसा घोड़चड़ा ने नसदियां दा दूर तक पिछा कीता ते कईआं नूं तलवार दी धार तो पार कर दिता। इस समय सरदार हरी सिंह ने अपने सवारां नाल 200 तों वध गाजियां नूं घेरा पा लिया अते इन्हां सारिआं तों हथियार खोह के उन्हां नूं कैदी बना लिया। इस समय बहादुर सरदार हुक्मा सिंह चिमनी सरदार हरी सिंह दे नाल अपनी अदुत्ती वीरता दसदा होया सख्त फट्टड़ हो गया। इन्हां दी इस भारी वीरता बदले महाराजा साहिब ने सरदार हुक्म सिंह ते सरदार हरी सिंह नूं सरदारी ते जागीर बख्शी। कसूर दे बाहरले मैदान दी फतेह विच नवाब कुतुबद्दीन खान दीआं 5 तोपां ते बहुत सारे जंगी समान पर खालसा फौज ने कब्जा कर लिया। इस दे उपरंत विजयी फौजां ने कसूर दे किले अते शहर नूं बड़ी कड़ाई नाल घेरे विच रख लिया। इस समय महाराजा साहिब ने कुछ कु दिन फौजां नूं आराम दे के मुड़ नवें हल्ले लई तैयारियां करन दा हुक्म दे दिता। 18 फरवरी दे दिन सूरज चढ़न तों पहलां किले ते धावा कर दिता गया ते मुड़ दोवां धिरां वल्लों धुआं धार तोपां चलन लग पईआं। इह सिलसिला कई दिनां तीक जारी रहा। छेकड़ सरदार हरी सिंह ने 27 फरवरी रात नूं हनेरे विच अपने जवानां नूं नाल लिया ते रातों रात किले दीआं नीहां विच 3 थां ते सुरंगा ला के इन्हां विच बारूद दे कुप्पे दब दित्ते। अजे खुशमुसा ही सी कि पलीतियां नूं अग ला दित्ती गई। बारूद नूं अग लगने नाल ही सुरंगा फट गईआं ते किले दी लहिंदी बाही दूर तक धरती ते आ पई। बहादुर खालसा फौज जो इसे उड़ीक विच खड़ी सी झट किले ते टुट पई ते अख दे फरकार विच तावड़ी। अगों बहादुर नवाब कुतुबद्दीन खान ने बड़ी वीरता नाल सिंघां दा टाकरा कीता ते दुपहर तीक इक रस सिरी साहिब चलदी रही। इस समय दोवां धिरां दे योधियां ने अपने कौमी जोश दसण विच कोई कसर बाकी ना छड्डी। फतेह ते हार तां सरजनहार ने अपने हथ रखी होई है। छेकड़ ठीक सूरज दे सिखर ते पहुँचदिआं ही गाजिया दे छक्के छुट गए ते किले चों भज नठे। हुण थोड़े समय दे बाद खालसे दा किले ते पूरा कब्जा हो गया।
ਨੱਠੇ ਜਾਂਦੇ ਨਵਾਬ ਕੁਤਬਦੀਨ ਖਾਨ ਨੂੰ ਸ਼ੇਰ ਦਿਲ ਰੈਜੀਮੈਂਟ ਦੇ ਜਵਾਨਾਂ ਨੇ ਫੜ ਲਿਆ ਤੇ ਉਸੇ ਵਕਤ ਇਸ ਨੂੰ ਸ਼ੇਰੇ ਪੰਜਾਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹ ਵਿਚਾਰਾ ਸ਼ਰਮ ਦਾ ਮਾਰਾ ਨਿੰਮੋ ਝੂਣਾ ਹੋਇਆ ਸੀ ਤੇ ਅੱਗੋਂ ਅੱਖਾਂ ਨਾ ਸੀ ਮਿਲਾ ਸਕਦਾ। ਨਵਾਬ ਖੁਦ ਅਤੇ ਸਾਰੇ ਦੇਖਣ ਵਾਲੇ ਸੁਡੀਕ ਵਿੱਚ ਸਨ ਕਿ ਹੁਣੇ ਹੀ ਮਹਾਰਾਜਾ ਸਾਹਿਬ ਵੱਲੋਂ ਇਸ ਨੂੰ ਤੋਪਾ ਅੱਗੇ ਉਡਾ ਦੇਣ ਦਾ ਹੁਕਮ ਦਿੱਤਾ ਜਾਏਗਾ, ਕਿਉਂਕਿ ਇਸ ਦੀਆਂ ਵਧੀਕੀਆਂ ਕੋਈ ਇੱਕ ਜਾਂ ਦੋ ਨਹੀਂ ਸਨ, ਸਗੋਂ ਬੇਗਿਣਤ ਸਨ। ਪਰ ਇਹ ਸੁਣ ਕੇ ਸਾਰਿਆਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਨਵਾਬ ਖਾਨ ਦੀਆਂ ਮੁਸ਼ਕਾਂ ਖੋਲ੍ਹ ਦੇਵੋ, ਇਹ ਬੜੀ ਬਹਾਦਰੀ ਨਾਲ ਲੜਿਆ ਹੈ। ਕਤਲ ਕਰਨ ਦੀ ਥਾਂ ਮੈਂ ਇਸ ਦੀ ਜਾਨ ਬਖਸ਼ੀ ਕਰਦਾ ਹਾਂ, ਸਗੋਂ ਇਸ ਨੂੰ ਇੱਕ ਵੱਡੀ ਜਗੀਰ ਬਖਸ਼ਦਾ ਹਾਂ ਤਾਂ ਕਿ ਇਹ ਸਣੇ ਆਪਣੇ ਪਰਿਵਾਰ ਦੇ ਅੱਗੇ ਨੂੰ ਨਿਸ਼ਚਿੰਤ ਹੋ ਕੇ ਆਪਣਾ ਜੀਵਨ ਬਿਤਾ ਸਕੇ। ਇਸ ਫੁਰਮਾਨ ਦੀ ਉਸੇ ਵਕਤ ਪਾਲਣਾ ਕੀਤੀ ਗਈ ਅਤੇ ਸਤਲੁਜ ਤੋਂ ਪਾਰ ਮਮਦੋਟ ਦਾ ਪਰਗਣਾ, ਜਿਸ ਵਿੱਚ 22 ਪਿੰਡ ਅਤੇ 52,000 ਰੁਪਇਆ ਸਾਲਾਨਾ ਆਮਦਨ ਸੀ, ਪੀੜ੍ਹੀਓ ਪੀੜ੍ਹੀ ਬਖਸ਼ ਦਿੱਤੀ। ਅੱਗੇ ਨੂੰ ਇਸ ਨੂੰ ਖਾਲਸਾ ਦਰਬਾਰ ਦਾ ਪਤਵੰਤਾ ਦਰਬਾਰੀ ਬਣਾ ਦਿੱਤਾ। ਹੁਣ ਜਦ ਸ਼ਹਿਰ ਅਤੇ ਕਿਲ੍ਹੇ ਦਾ ਸਾਰਾ ਯੋਗ ਪ੍ਰਬੰਧ ਹੋ ਗਿਆ ਤਾਂ ਸ਼ੇਰੇ ਪੰਜਾਬ ਨੇ ਇੱਥੇ ਇੱਕ ਬੜਾ ਭਾਰੀ ਦਰਬਾਰ ਕੀਤਾ ਅਤੇ ਜਿਹੜੇ ਸਰਦਾਰਾਂ ਨੇ ਇਸ ਲੜਾਈ ਵਿੱਚ ਆਪਣੇ ਜੰਗੀ ਕਮਾਲ ਦੱਸੇ ਸਨ ਉਹਨਾਂ ਨੂੰ ਇਨਾਮ ਵਜੋਂ ਵੱਡੀਆਂ ਜਗੀਰਾਂ ਅਤੇ ਤਰੱਕੀਆਂ ਬਖਸ਼ੀਆਂ। ਇਸ ਸਮੇਂ ਮਹਾਰਾਜਾ ਸਾਹਿਬ ਨੇ ਨੌਜਵਾਨ ਹਰੀ ਸਿੰਘ ਦੀ ਨਿਰਭੈਤਾ ਅਤੇ ਯੋਗਤਾ ਦੀ ਭਰੇ ਦਰਬਾਰ ਵਿੱਚ ਦਾਤ ਦਿੱਤੀ ਅਤੇ ਇਸ ਨੂੰ 30,000 ਰੁਪਏ ਸਾਲਾਨਾ ਦੀ ਜਾਗੀਰ ਬਖਸ਼ੀ। ਇਸ ਤੋਂ ਛੁੱਟ 800 ਸਵਾਰਾਂ ਦਾ ਕਮਾਂਡਰ ਮੁਕਰਰ ਕੀਤਾ। ਕਸੂਰ ਦਾ ਸਾਰਾ ਇਲਾਕਾ 28 ਫਰਵਰੀ ਸੰਨ 1807 ਤੋਂ ਖਾਲਸਾ ਰਾਜ ਨਾਲ ਮਿਲਾ ਲਿਆ ਗਿਆ। ਅੱਗੇ ਨੂੰ ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲੇ ਨੂੰ, ਜੋ ਇਸ ਮੁਹਿੰਮ ਦੇ ਖਾਸ ਪ੍ਰਬੰਧਕ ਸਨ, ਜਾਗੀਰ ਵਿੱਚੋਂ ਦੇ ਦਿੱਤਾ ਗਿਆ। ਇਸ ਲੜਾਈ ਵਿੱਚ 8 ਤੋਪਾਂ, 3,000 ਬੰਦੂਕਾਂ ਅਤੇ ਬੇਗਿਣਤ ਜੰਗੀ ਸਾਮਾਨ ਸ਼ੇਰੇ ਪੰਜਾਬ ਦੇ ਹੱਥ ਆਇਆ। ਹੁਣ ਫਤਿਹ ਦੇ ਧੌਂਸੇ ਵਜਾਉਂਦੀਆਂ ਖਾਲਸਾ ਫੌਜਾਂ ਸਣੇ ਸ਼ੇਰੇ ਪੰਜਾਬ ਦੇ ਲਾਹੌਰ ਨੂੰ ਪਰਤ ਆਈਆਂ। ਅੱਜ ਅਸੀਂ ਇਹ ਕਿਤਾਬ ਇੱਥੇ ਤੱਕ ਹੀ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।